ਕਿਸੇ ਨਾਲ ਪਿਆਰ ਕੋਈ ਨਹੀਂ, ਦਿਲੋਂ ਕਿਸੇ ਨੂੰ ਵੀ ਕਿਸੇ ਨਾਲ ਪਿਆਰ ਕੋਈ ਨਹੀਂ। ਅੱਜ ਕੱਲ ਦੀਆਂ ਯਾਰੀਆਂ ਦੇ ਲੁੱਟੇ ਹੋਏ ਹਾਂ, ਐਸੀ ਸਜਣਾ ਬਾਜ਼ਾਰੀਆਂ ਦੇ ਲੁੱਟੇ ਹੋਏ ਹਾਂ। ਮੇਰਾ ਵੀਰਾ, ਅੱਜ ਮੇਰਾ ਘਰ ਵਾਲਾ ਲੈਣ ਵਾਸਤੇ ਮੈਨੂੰ ਆਉਂਦਾ ਪਿਆ, ਹੁਣ ਤੂੰ ਆਖੇ ਹਾਂ ਤੇ ਮੈਂ ਵਗ ਜਾਸਾਂ, ਜਾਂ ਤੂੰ ਇਨਕਾਰ ਕਰ ਛੰਡੇ ਤਾਂ ਮੋੜ ਮੈਂ ਕੋਈ ਨਹੀਂ ਜਾਂਦੀ। ਮੇਰੀ ਭੈਣ, ਦੀਆਂ ਭੈਣਾਂ ਹਮੇਸ਼ਾ ਗਾਰ ਵਸਦੀਆਂ ਸੋਹਣੀਆਂ ਲੱਗਦੀਆਂ, ਅਤੇ ਅੱਲਾ ਦੇ ਬੰਦਿਆ ਤੈਨੂੰ ਵੇਖ ਲਾ, ਭੁੱਖਾਂ 'ਤੇ ਤਾਂ ਮੈਂ ਦਿੱਤਾ ਕੋਈ ਨਾ, ਬੋਏ ਬਾਂਡੇ ਵਾਲਾ ਚ ਗੁਰਦੂ ਪੂਰੇ ਇਲਾਕੇ 'ਚੋਂ ਤਾਂ ਨਾਂ ਹੈ। ਹਾਂ ਮੇਰਾ ਵੀਰਾ, ਤੇਰੇ ਰੰਗੇ ਵਿਰਾਹ ਹੋਵਣ ਨਾ ਤੇ ਭੈਣਾਂ ਰੋਂਦੀਆਂ ਮਰ ਜਾਵਣ। ਹੁਣ ਮੇਰੀ ਭੈਣ ਮਾਰ ਤਾਂ ਸਾ ਗਤਨਾ ਕੋਈ ਨਾ, ਇਸ ਘਰ ਦਾ ਜਵਾਈ ਹੈ, ਅਤੇ ਅੱਲਾ ਦੇ ਬੰਦਿਆ ਉਹ ਤੇਰੇ ਨਾਲ ਸਾਨੂੰ ਢੇਰ ਪਿਆਰਾ ਲੱਗਦਾ, ਅਤੇ ਇੰਝ ਹੈ ਵੀ ਘਰ ਹਮੇਸ਼ਾ ਦੀ ਭੈਣ ਰਵੇ ਤਾਂ ਦਿਲ ਬਿਰਾਵਾਂ ਦਾ ਮਾਂ ਪਿਓ ਦਾ ਖੁਸ਼ ਹੁੰਦਾ, ਵੀ ਦੀ ਭੈਣ ਘਰ 'ਚ ਖੁਸ਼ ਵੀ ਵਸਦੀ ਹੈ, ਅਤੇ ਇੰਝ ਤਾਂ ਨਹੀਂ ਨਾ ਵੀ ਥੋੜ੍ਹੀ ਥੋੜ੍ਹੀ ਗੱਲ ਤਾਂ ਤੂੰ ਰੋਸ ਕੇ ਤੋਰ ਬਾਜ ਅੱਗੇ, ਇਹ ਹੁਣ ਤੋਕ ਤਾਂ ਨਹੀਂ ਮਲੰਗੀ ਨੂੰ ਹੀ ਕੁਝ ਬੰਦੇ ਆਖ ਸਣ। ਉਹ ਮੇਰਾ ਵੀਰਾ, ਤੁਸਾਂ ਮੇਰੇ 'ਤੇ ਕੀਤਾ ਜ਼ੁਲਮ, ਅਤੇ ਥੋੜ੍ਹਾ ਜਿਹਾ ਵੀ ਨਹੀਂ, ਢੇਰ ਸਾਰਾ ਜ਼ੁਲਮ ਕੀਤਾ, ਇਸ ਗੱਲ ਦਾ ਤੁਹਾਨੂੰ ਕੋਈ ਨਹੀਂ ਪਤਾ ਲੱਗਣਾ। ਮੈਂ ਜਦੋਂ ਨਿਕਲਦੀ ਹਾਂ ਨਾ ਬਾਹਰ, ਤਾਂ ਮੈਨੂੰ ਪਤਾ ਲੱਗਦਾ ਲੋਕਾਂ ਦੀਆਂ ਗੱਲਾਂ ਤਾਂ ਮੈਂ ਸੁਣਦੀ ਹਾਂ। ਬਈ ਤੁਸੀਂ ਮੈਨੂੰ ਉਸ ਲਿੱਤਰ ਜਿਹੜੇ ਨਾਲ ਪਰਨਾ ਛੱਡਿਆ, ਉਹਨੂੰ ਵੇਖਿਓ ਤੂੰ ਮੈਨੂੰ ਵੇਖਿਓ, ਬਈ ਕੀ ਜੋੜ ਹੈ ਸਾਡਾ? ਬਾਜ਼ਾਰ 'ਚ ਨਿਕਲਾ ਉਹਨੂੰ ਲੈ ਕੇ, ਅਤੇ ਉਹ ਦੁਕਾਨ ਵਾਲੇ ਉਹ ਘੰਟਾ 'ਤੇ ਹੱਸਦੇ ਰਹਿੰਦੇ, ਝਾਗਾਂ ਤਾਲੀਆਂ 'ਤੇ ਹਾਸੇ, ਘੰਟੇ ਬਾਅਦ ਉਹ ਹੱਸ ਹੱਸ ਕੇ ਜਦੋਂ ਥੱਕ ਜਾਂਦੇ ਮੁੜ ਮੈਨੂੰ ਕੱਪੜੇ ਦਿੰਦੇ, ਉੱਥੋਂ ਦੀ ਅਵਾੜੀਆਂ ਗਵਾੜੀ ਉਹ ਵੀ ਮੈਨੂੰ ਮਾਫ਼ੀ ਕੋਈ ਨਾ ਦਿੰਦੀਆਂ, ਤੂੰ ਤਾਂ ਮੇਰੀ ਝਾਗਾ ਬਣਾ ਕੇ ਰੱਖ ਦਿੱਤੀਆਂ। ਮੈਨੂੰ ਮੇਰੀ ਗੱਲ ਸੁਣ ਮੇਰੀ ਭੈਣ, ਮੈਨੂੰ ਬਹੁਤ ਫਖਾਰ ਹੈ, ਮੈਂ ਯਕੀਨਨ ਗੱਲ ਹੈ ਜਦੋਂ ਬਾਜ਼ਾਰ 'ਚ ਟੁਰਦਾ ਨਾ, ਬੜੀ ਟਹਿਲ ਕੇ ਬੜੀ ਕੋਸ਼ਿਸ਼ ਨਾਲ ਜੁੱਤੀ ਛੰਡ ਕੇ ਟੁਰਨਾ, ਮੈਂ ਨਾ ਵੇਖਣਾ ਕਿ ਮੈਨੂੰ ਇਹ ਨਸ਼ਾ ਵੀ ਕਿਹੜੇ ਵੱਡੇ ਘਰ ਵੱਲ ਮੇਰੀ ਭੈਣ ਪਰਨੀ ਹੋਈ ਹੈ, ਅਤੇ ਕਿਹੜੀ ਭੋਗਤਾ ਸੇ, ਮੈਂ ਤਾਂ ਉਲਟਾ ਖੁਸ਼ ਹੁੰਦਾ, ਅਤੇ ਮੇਰੀ ਭੈਣ ਤੂੰ ਪਰੇਸ਼ਾਨ ਹੈ ਇਸ ਗੱਲ ਦਾ, ਇੰਝ ਤਾਂ ਨਹੀਂ ਗੱਲ ਬਣਨੀ। ਘਰ ਆਪਣੇ ਚੰਗੇ ਸੋਹਣੇ ਲੱਗਦੇ ਨੇ, ਅਤੇ ਘਰਾਂ ਦੇ ਵਿੱਚ ਹਮੇਸ਼ਾ ਧੀਆਂ ਸੋਹਣੀਆਂ ਲੱਗਦੀਆਂ। ਹਾਂ ਹਾਂ, ਧੀਆਂ ਭੈਣ ਤਾਂ ਘਰ ਵੱਸਦੀਆਂ ਸੋਹਣੀਆਂ ਲੱਗਦੀਆਂ, ਤੇਰੀ ਗੱਲ ਠੀਕ ਹੈ, ਤਾਂ ਮਰਦ ਵੀ ਉਹ ਜਿਹਾ ਹੋਵੇ ਨਾ ਜਿਹੜਾ ਸਵਾਣੀ ਦੇ ਨਾਲ ਟੁੱਟਦਿਆਂ ਵੀ ਸੋਹਣਾ ਲੱਗੇ। ਸਾਰੇ ਜਹਾਨ ਮੈਨੂੰ ਇਹ ਯਾਦ ਹੈ, ਉਹ ਕੋਡੂ ਜਾਂਦਾ ਪਿਆ। ਕੋੜਾ ਤਾਂ ਬਿਸਮਿਲ੍ਲਾ ਜਵਾਈ ਸਾਹਿਬ, ਬਿਸਮਿਲ੍ਲਾ ਗੱਲ ਕਰ, ਖੰਜਵਾਨ ਪਲਵਾਨ ਆਇਆ ਕਿ ਨਹੀਂ ਆਇਆ? ਵੇਖ ਯਾਦ ਦੇ ਵਿੱਚ ਡੱਠਾ। ਓ ਪਰਮ ਬਾਉ, ਮੈਨੂੰ ਬਾਣ ਦੇ। ਬਹਿ ਜਾ ਸਦਕੇ ਬਹਿ ਜਾ। ਇਤਨੀਆਂ ਮੈਨੂੰ ਚੰਗੀਆਂ ਨਹੀਂ ਖੁਸ਼ਾਮਤਾਂ ਲੱਗਦੀਆਂ। ਜਵਾਈ ਹੋਣੇ ਇਸ ਘਰ ਦਾ ਖੁਸ਼ਾਮਤ ਨਹੀਂ ਭਲਾ ਤੇਰੀ ਕਰਨੀ। ਬਹਿਣ ਦਿੱਤੀ ਆਈ ਕਾਲੀ, ਮੈਂ ਚਗਾਈ ਨੂੰ ਮੈਂ ਦਿੱਤੀ। ਉਹ ਖੁਦਾ ਚਾਟ ਕਰੀ ਬਹਿਣ ਹੀ ਆਈ ਹੈ, ਤਰਕਾ ਤਿੰਨ ਦੇ ਛੱਡੇ ਹੋਰ ਗੁੰਮਾ ਜਮੀਨ ਦੇ ਛੱਡੇ ਜਾਂ ਮਾਲ ਦੇ ਛੱਡੇ ਹੋਰ ਤਿੰਨ ਕੀ ਦੇਵਣ ਆਏ, ਸਾਰਾ ਤਰਕਾ ਘਰ ਦਾ ਬਾਖਤਾ ਹੀ ਹੋਇਆ ਜਿਹੜਾ ਤਿੰਨ ਦੇ ਛੱਡਿਆ। ਅੱਖੀ ਨੀਵੀਂ ਕਰ ਕੇ ਗੱਲਾਂ ਮੇਰੇ ਨਾਲ ਕਰ, ਆਨੇ ਪਾੜ ਕੇ ਨਾ ਮੇਰੇ ਨਾਲ ਗੱਲ ਕਰ। ਉਹ ਖੁਦਾ ਬਸ ਰੇ ਬਹਿਣ ਦਿੱਤੀ ਆਈ। ਉਹ ਖੁਦਾ ਕੁੰਜੀ ਗੌਰ ਤੋੜਾ ਕਿਹੜੀਆਂ, ਵੇਖ ਬਈ ਅੱਖੀ ਵੀ ਖਾਂਦਾ ਪਏ,
ਮੈਂ ਉਲਟਾ ਤੇਰੀ ਤਾਰੀਫ ਪਿਆ ਕਰਨ ਉਹ ਦੇਖੂ ਤੇ ਤੂੰ ਮੈਨੂੰ ਪਿਆ ਧਮਕੀਆਂ ਦਿੰਦਾ ਹੈ। ਆ ਮੇਰੀ ਬੇਗਮ ਚਲੀਏ। ਕਿਤੇ ਚਲੀਏ? ਅਜੇ ਤੇ ਆਇਆ ਕੋ ਪਾਣੀ ਪੀ ਕੇ 2 ਮਿੰਟ ਬੋ ਕੇ ਪਿੱਛੂ ਤੂੰ ਬੰਨਾ ਆ ਕਾਲਾ ਤੇ ਮਰਦਾ ਹੀ ਘਰੇ ਰਹੇ ਆ। ਇੱਥੇ ਤੂੰ ਬੈਠਾ ਨਾ ਇਦੋ ਧਿਆਨ ਮਰੇ ਮੈਂ ਖਲੋਤਾ ਮੈਂ ਤੈਨੂੰ ਹੱਥ ਮਾਰਿਆ ਤੇ ਤੂੰ ਤਾਂ ਉੱਠਿਆ। ਮੈਨੂੰ ਤਾਂ ਕੋਈ ਨਹੀਂ ਪਤਾ ਵੀ ਤੂੰ ਆਉਂਦਾ ਪਿਆ ਮੈਂ ਤਾਂ ਜਿਹੜੇ ਤੇ ਧਿਆਨ ਪਿਆ ਉਸ ਟਾਈਮ ਤੇਰੇ ਉਲਟਾ ਗੋਡੀ ਹੱਥ ਲਾਇਆ ਤੇਰੀ ਕੁਛ ਆਮਦ ਕੀਤੀ ਬਰਾਮਦ ਕੀਤੀ ਤੈਨੂੰ ਬਹਾਇਆ ਮੈਂ ਖਬੋ। ਹੁਣ ਪਾਣੀ ਹੱਸੀ ਜਾਂ ਕੋਈ ਨਾ ਹੱਸੀ ਪਾਣੀ ਪੀਵੇ ਸਾਂ ਬੋਤਲ ਪੀਵਾਂ ਗਾਰ ਦਾ ਪੋਤਰੇ ਆ ਚੁੱਕਿਆ ਹੈ ਖੈਰ ਤਾਂ ਹੀ ਹਲਕਾ ਤੈਨੂੰ ਹੋਇਆ ਕਲਾ ਖੈਰ ਆ ਗਿਆ। ਓ ਮੈਂ ਤੇਰਾ ਜਵਾਈ ਹਾਂ ਮੈਨੂੰ ਹਲਕਾ ਨਾ ਸਾਥ ਦੋ। ਹਲਕਾ ਤਾਂ ਕੋਈ ਨੂੰ ਮਲੂਮ ਜਿਹੜੇ ਗੱਲਾਂ ਕਰਨ ਨਾਲ ਤੇ ਹਲਕਿਆਂ ਨਾਲ ਵੀ ਢੇਰ ਤੇਰੇ ਰਫਤਾਰ ਹੈ। ਆ ਮੈਂ ਹਲਕਾ ਆਪਣੀ ਭੈਣ ਕੋਲ ਪੁੱਛ ਮੈਂ ਉਹਨੂੰ ਵਢੇ ਨਾ। ਕਿਆ ਬਾਤ ਹੈ ਸੋਹਣਾ ਬੋਲ ਗਿਆ ਜਿਹੜਾ ਬੁਲੰਦਾ ਪਿਆ ਨਾ ਤੈਨੂੰ ਮੈਂ ਆਖਾਂ ਕੀ ਤੂੰ ਹੋਇਆ ਘਰ ਦਾ ਪੁੱਤ ਨਹੀਂ ਤਾਂ ਇੰਝ ਕੋਈ ਇੰਝ ਹੋਰ ਬੁਲੰਦਾ ਤੋਂ ਇੱਥੋਂ ਇੱਥੋਂ 5 ਮਿੰਟਾਂ ਜਾਵਿਆ ਬਿਸਤਰਾ ਗੋਲ ਕਰਨ ਦਾ। ਠਹਿਰੇ ਨਾ ਮੈਨੂੰ ਇਸ ਗੱਲ ਦਾ ਜਵਾਬ ਦੇਵਣ ਦੇ ਨਾ। ਕੀ ਆਖੇ ਹਲਕਾ ਹੋਵੇ ਤਾਂ ਵਾਢ ਲਵੇ ਆ। ਹਾਂ ਤੂੰ ਆਪਣੇ ਆਪ ਸਮਝਿਆ ਹੈ ਕੀ ਹੈ ਤੂੰ ਜੋ ਆ ਗਿਆ ਤੈਨੂੰ ਸਿਰ ਤੇ ਚਾਹ ਲਵੀਏ ਜਦੋਂ ਤੂੰ ਬੁਲੰਦਾ ਹੈ ਨਾ ਵੱਢਣ ਤੂੰ ਘਾਟ ਕੋਈ ਨਹੀਂ ਕੰਮ ਕਰਨ ਦਾ ਤੂੰ। ਅਲਾ ਮੈਂ ਤੈਨੂੰ ਵੱਢਦਾ ਰਹਿਣਾ ਵੱਢਦਾ ਰਹਿਣਾ। ਓ ਇਤਨੀ ਬਹਿਸ ਨਹੀਂ ਕਰਿੰਦੀ ਮੈਂ ਕੋਲ ਨਹੀਂ ਬੈਠਾ ਤੈਨੂੰ ਸ਼ਰਮ ਆਇਆ ਕੋਈ ਨਹੀਂ ਬਈ ਉਹਦਾ ਬਿਰਾ ਕੋਲ ਬੈਠਾ ਤੇ ਤੂੰ ਆ ਕੇ ਤੇ ਆਨੀਆਂ ਵੀ ਖਾਣ ਲੱਗ ਗਿਆ ਉਲਟਾ ਸਿਰ ਨਿਵਾ ਕੇ ਤੂੰ ਮੈਨੂੰ ਮਿਲਣਾ ਤੇ ਮੈਂ ਤੈਨੂੰ ਮਿਲਿਆ। ਚੰਗਾ ਸਿਰ ਤੇ ਚਾਇਆ ਹੋਇਆ ਚੰਗਾ ਸਿਰ ਤੇ ਚਾਇਆ ਹੋਇਆ ਹੋਰ ਇਸਤਕਬਾਲ ਕਰੋ ਇਹਦੇ। ਮੇਰੀ ਭੈਣ ਅੱਗੇ ਬੜਾ ਹਯਾ ਕਰਿੰਦਾ ਇਹ ਜਦੋਂ ਕਿ ਤੂੰ ਗਈ ਹੈ ਨਾ ਸਿਰਫ ਤੋਂ ਕੋਈ ਇੰਜੇ ਨੂੰ ਜਨਾਬ ਦਿੱਤੀਆਂ ਗੱਲਾਂ ਉਹ ਭੈਣ ਜੱਕ ਨਾ ਕੋ ਮੇਰਾ ਹਯਾ ਕਰਿੰਦਾ ਹੁਣ ਉਹਨੂੰ ਕੋ ਦੀਦ ਆਈ ਹੈ ਵੀ ਉਹ ਕੋਲ ਬੈਠਾ ਮੈਂ ਇਹ ਗੱਲਾਂ ਕਰਨੀਆਂ ਕਿ ਨਹੀਂ ਕਰਨੀਆਂ ਬੰਟੇ ਜੱਡੇ ਸਾਰਾ ਲੱਖ ਲੰਨਾ ਤੇ ਇੰਜ ਜਵਾਈਆਂ ਦੀ ਇੱਜ਼ਤ ਕਰਿੰਦੀ ਲੱਖ ਲੰਨਾ ਤੇ ਇਸ ਲਾਨਾ ਦਾ ਹੀ ਜਵਾਈ ਸਾ ਮੁੱਲ ਪੈ ਜਾਸੀ ਮੈਂ ਇੰਜ ਕਾਈ ਨਹੀਂ ਗਲਨੀ ਮੇਰਾ ਬੇਲੀ ਅੰਦਾ ਪਿਆ ਉਸ ਤੋਂ ਮੈਂ ਮਛਬਰਾ ਲੈਣਾ ਤੇ ਤਾਂ ਮੈਂ ਗਲਨੀ ਹੁਣ ਮੈਂ ਗਲਨੀ ਤੇਰੇ ਨਾਲ ਕਾਈ ਨਹੀਂ ਕਰਮਾ ਲਿਆ ਹੁਣ ਉੱਠ ਚਲੀਏ ਉਹਨਾਂ ਬੇਲੀ ਅੰਦਾ ਪਿਆ ਤੇਰਾ ਤਾਂ ਕੋਈ ਨਹੀਂ ਪਿਆ ਮੁੰਡਾ ਬੇਲੀ ਉਸੀ ਤੇਰੀ ਭੈਣ ਦਾ ਮੇਰੀ ਭੈਣ ਦਾ ਅੱਜ ਪਿੱਛੇ ਨਾ ਲਿਓ ਤਾਂ ਗਾਲ ਬੈੜੀ ਬਣ ਸਹੀ ਤੇ ਕੋਈ ਜ਼ਬਾਨ ਨੂੰ ਬਰੇਕ ਲਾ ਕੇ ਆਇਆ ਕਰੀ ਤੇ ਆਉਣਾ ਵੀ ਤਾਂ ਤੇ ਇਹ ਫੈਸਲਾ ਇਹ ਹੀ ਨਹੀਂ ਮੁੱਕਣਾ ਖਾਵਾਰ ਬਿਰਾ ਆਉਂਦਾ ਪਿਆ ਉਹ ਉੱਥੋਂ ਤੁਰਿਓ ਹੋਇਆ ਉਸ 'ਤੇ ਫੈਸਲਾ ਸਾਰਾ ਮੁੱਕਣਾ ਇਹ ਆ ਖਾਵਾਰ ਆਇਆ ਖਲਾ ਮੇਰੀ ਭੈਣ ਇੱਥੇ ਆ ਜਾ ਤੂੰ ਫੋਲ 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 ਗਰਮੀ ਬੜੀ ਨਾ ਪੁੱਛ ਬਾਈ ਅੱਖਾਂ ਵਾਰ ਜਿਵੇਂ ਲੱਦਾ ਸਾਨੂੰ ਬਸ ਅਸਾਂ ਹੀ ਆਖਿਆ ਬਈ ਹਾਏ ਕੋ ਲਗਾਨ ਚੋਂ ਲੱਗਦਾ ਸਾਡਾ ਕਰੇ ਮੈਂ ਆਖਿਆ ਚਲੋ ਇਸ ਜਾਂ ਚ ਦੇਵੇ ਤਾਂ ਲੇਕਿਨ ਇਸ ਦੇ ਵੇਖ ਵੇਖ ਕੇ ਆਂਦਰਾਂ ਸਾੜ ਗਈਆਂ ਬੂ ਬੂ ਬੇਈਮਾਨ ਬੰਦਾ ਜਵਾਈ ਤਾਂ ਬੱਗਬਰੂ ਤਾਂ ਹੈ ਇੱਕ ਦੋ ਤਰਾ ਵੀ ਨਹੀਂ ਬਣਦੇ ਸਵਾ ਤਰਾ ਢਾਈ ਮੇਰੇ ਲਿੱਤਾ ਰੋ ਮੈਨੂੰ ਤਾਂ ਇਹ ਇੱਕ ਗੱਭਰੂ ਬਣਦਾ ਅੱਛਾ ਇਹ ਦੱਸੋ
ਤੂੰ ਹੋਇਓ ਬੇਲੀ ਵੀਰਾ। ਕਿਉਂ ਨਹੀਂ ਹੁਣ ਤੂੰ ਫੈਸਲਾ ਛੱਡਿਆ ਮੈਂ ਇੱਥੇ ਜੀ ਆ ਇਹ ਤਾਂ ਮੁੜ ਗੱਲ ਹੋਈ। ਹੁਣ ਜਵਾਈ ਦਾ ਸੋਚਣਾ ਜਾਂ ਭੈਣ ਦਾ ਸੋਚਣਾ? ਮੈਂ ਬਿਰਾਵਾ ਤੈਨੂੰ ਸੱਦਿਆ ਇਸ ਵਾਸਤੇ ਹੈ ਬਈ ਮੇਰਾ ਅਸਲ ਦਿਲ ਇਹ ਹੈ ਬਈ ਦੋਵੇਂ ਗਾਰੇ ਕਦੇ ਥਰਾਮੇ ਲੱਗ ਜਾਂਦੇ ਨਾ ਅਤੇ ਸਾਹ ਸਲੂਕ ਰੱਖੇਂਦੇ ਅਤੇ ਗਾਰ ਵਸਦੇ ਅਤੇ ਮੈਂ ਇਸੇ ਵਾਸਤੇ ਤੈਨੂੰ ਸੱਦਿਆ ਬਈ ਇਹ ਗੱਲ ਇਸ ਤਰ੍ਹਾਂ ਹੀ ਕਰਨੀ ਬਈ ਦੋਵੇਂ ਸੱਪ ਵੀ ਮਰੇ ਅਤੇ ਲਾਠੀ ਬੱਚੇ। ਮਕਸਦ ਇਹ ਤੇਰਾ ਬਈ ਫੁੱਟੜ ਵੀ ਨਾ ਨਾ ਅਤੇ ਇਕੱਠੇ ਵੀ ਨਾ ਰਹਿਣ ਪਰੇਸ਼ਾਨ ਹੋਏ ਬਰਦਾਸ਼ਤ ਨਹੀਂ ਹੁੰਦੀ। ਹਾਂ ਇਸ ਵਾਸਤੇ ਤੈਨੂੰ ਸਦਾਇਆ। ਹੁਣ ਇੰਜ ਕਰੋ ਭੈਣ ਤੇਰੀ ਹੈ ਚੰਗੀ ਭਲੀ ਸੋਹਣੀ ਸੁਲੱਖੀ ਤੇ ਅੱਜ ਕੱਲ੍ਹ ਡੈਵੋ ਦੇ ਟਾਈਮ ਚੱਲਦੇ ਪਏ ਨੇ ਉਹ ਜੰਗੂ ਇਸਲਾਮਾਬਾਦ ਇਹਨੂੰ ਉੱਥੇ ਰਖਾ ਜਾ। ਸਦਕੇ ਸਦਕੇ ਵੀਰਾਵਾ ਸਦਕੇ ਸੁਣ ਤੇਰਾ ਜ਼ਹਿਨ ਕੰਮ ਨਹੀਂ ਪਿਆ ਕਰਦਾ ਮੈਂ ਜਾਣਾ ਤੂੰ ਹੱਲੇ ਹੋਇਆ ਉਂਝ ਕਈ ਗੱਲ ਸਿੱਧੀ ਸੋਹਣੀ ਕਾਰ ਕਦੀ ਹੁਣ ਮੈਂ ਉੱਥੇ ਕੋਈ ਨੌਕਰੀ ਤਾਂ ਰਖਾ ਛੱਡਾਂ। ਉਹ ਅੱਲਾ ਦੇ ਬੰਦਿਆ ਆਹ ਤੇਰਾ ਜਵਾਈ ਇਹ ਨਾ ਫੌੜਾ ਮਾਰਨ ਇੱਛੂੰ ਨਾ ਇਹ ਪੱਠੇ ਵੱਢਣ ਇੱਛੂੰ ਨਾ ਇਸ ਤੂੰ ਗਦੇ 'ਤੇ ਵਾਂਗਾ ਸਟੀਂਦਾ ਸਮਝ ਆਈਏ ਨਾ ਇਹ ਵੇਖੋ ਨਾ ਇਹ ਡਰਾਈਵਰੀ ਕਰ ਸਕਦਾ ਇਸਤੇ ਰੰਗ ਦੇ ਉੱਤੇ ਬਾਸੀ ਅਤੇ ਪੈਰ ਨਾ ਲੱਗ ਸੀ ਜੇ ਪੈਰ ਲੈ ਸੀ ਤਾਂ ਸਟੇ ਰੰਗ ਨੂੰ ਨੱਪ ਸਕਸੀ। ਇਹ ਤਾਂ ਗੱਲ ਮੈਨੂੰ ਮਲੂਮ ਪੀ ਆਉਂਦੀ ਇਹ ਕੁਝ ਕਰਨ ਯੋਗਾ ਹੀ ਉਹ ਭੈਣ ਕਮਾ ਕੇ ਅਤੇ ਤੇਰੇ ਜਵਾਈ ਨੂੰ ਖਵਾਈ ਸੀ ਅਤੇ ਤਾਂ ਹਈ ਨਹੀਂ ਬਣੀ ਜੇ ਨਿਭਾਵਣੀ ਹੋਈ ਤਾਂ ਅਤੇ ਜੇ ਨਹੁੰ ਨਿਭਾਵਣੀ ਮੈਂ ਤਾਂ ਨਾ ਇਹ ਪਰ ਛੋੜ ਛੁੜਾ ਕੇ ਤਲਾਕਾਂ 'ਤੇ ਕੰਮ ਰੱਖ ਖਬਰ ਬਿਰਾ ਇਹ ਮਸ਼ਵਰਾ ਜਿਹੜਾ ਤੂੰ ਦਿੰਦਾ ਪਿਆ ਨਾ ਇਹ ਮਸ਼ਵਰਾ ਆਪਣੇ ਕੋਲ ਰੱਖੋ ਇਹ ਕਿਸੇ ਹੋਰ ਨੂੰ ਸਮਝਾ ਬਈ ਅੱਲਾ ਦੇ ਬੰਦਿਆ ਉਹ ਬਿਮਾਰ ਇਹ ਉਹ ਜੋ ਬੋਏ ਬਾਂਡੇ ਵਾਲਾ ਮੇਰਾ ਕੰਮ ਹੈ ਫੋੜਨਾ ਮੈਂ ਜਿਵੇਂ ਫੋੜਾਂ ਇਹਨਾਂ ਨੂੰ ਆਪਾਂ 'ਤੇ। ਅੱਛਾ ਇਹ ਦੀਆਂ ਬਹਿਣਾਂ ਦੇ ਕੰਮ ਵਿੱਚ ਮੁੜ ਇਹ ਤੂੰ ਸੁੱਚੇ ਨਾ ਫੋੜਨ 'ਤੇ ਲੱਗੋ ਆ ਇਸ ਇਹ 'ਚ ਤਾਂ ਫਾਇਦਾ ਹੈ ਇਹ ਬਲਾ ਮਗਰੂ ਨੂੰ ਉਲਾਣੀ। ਓ ਯਾਰ ਆਹ ਵੇਖਦਾ ਪਿਆ ਚੰਗਾ ਮੈਂ ਤੇਰੇ ਉੱਤੇ ਸਾਰੀ ਗੇਮ ਸੱਟੀ ਬਈ ਤੂੰ ਤਾਂ ਕੰਮ ਉਲਟਾ ਪੁੱਟਾ ਕਰਿੰਦਾ ਪਿਓ ਬਈ ਅੱਗੇ ਛੱਡਾ ਚ ਪਤਾ ਮੈਨੂੰ ਮਲ ਕੌਣ ਤੇ ਚ ਮਲੰਗੀ ਸੁਦੇ ਸੀ। ਓਏ ਜੀ ਤੂੰ ਕੋਈ ਮਜ਼ਦੂਰੀ ਕਰ ਲਈ ਸੀ? ਉਹ ਮੈਂ ਤਾਂ ਬੋਏ ਬਾਂਡੇ ਵਾਲਾ ਉਹ ਤੇਰੀ ਖੈਰ ਹੋਵੇ ਤੂੰ ਜ਼ਿਮੀਦਾਰ ਹੈ? ਹਾਂ ਵੇਂਦਾ ਤਾਂ ਪਿਆ ਉਹ ਜ਼ਿਮੀਦਾਰ ਹੈ ਪਾਕਿਸਤਾਨ ਹਿੰਦ ਸਿੰਧ ਟਿਕਟ ਇਸ ਦੇ ਚਰਚੇ ਨੇ ਬਹੁ ਵੱਡਾ ਜ਼ਿੰਮੇਦਾਰ ਹੈ ਮੈਂ ਪਾਗਲ ਤਾਂ ਨਾ ਮੁਝੜਾ ਮੈਨੂੰ ਰਿਸ਼ਤਾ ਦੇ ਬੈਠਾ ਸੁਣ ਕੇ ਪਸੀਨਾ ਆ ਗਿਆ ਜੀ ਇਹ ਅਢਾਈਆਂ ਲੀਟਰਾਂ ਜਿੱਦਾਂ ਵੀ ਇਹ ਵੀ ਭਈਆ ਜ਼ਿੰਮੇਦਾਰ ਬਣਿਆ ਬੈਠਾ ਹੈ ਜਵਾਨ ਦੀ ਅੱਲਾ ਤੇਰੀ ਸ਼ਾਨ ਹੋ ਜਵਾਨ ਦੀ ਮੋਛ ਵੇਖੇ ਨਾ ਹੁਣ ਇੰਜ ਕਰੋ ਜੀ ਉਹ ਕਰਮ ਵਾਲੇ ਮੈਂ ਫੈਸਲਾ ਕਰੂੰ ਤੇ ਮੇਰੇ ਫੈਸਲੇ ਤੇ ਆਮੀਨ ਕਰਨੀ ਹੈ ਮੈਂ ਕਿਉਂ ਕਰਨੀ ਹੈ ਉਹਦੇ ਕੋਲ ਪੁੱਛ ਇਹ ਤਾਂ ਬੂੰ ਆਕੜੇ ਤੇਰੇ ਜਵਾਈ ਚ ਉਹ ਮਗਰੂਰੀ ਹੈ ਨਾ ਬੋਏ ਬਾਂਡਿਆ ਲਾਲਾ ਦੇ ਜ਼ਿੰਮੇਦਾਰ ਬੜਾ ਵੱਡਾ ਜ਼ਿੰਮੇਦਾਰ ਹੈ ਇਹਨੂੰ ਬਣਾ ਘਰ ਜਵਾਈ ਇਹਨੂੰ ਇੱਥੇ ਬਹਾ ਇਹਨੂੰ ਲਿੱਤਾ ਰੇਟ ਰੱਖੋ ਇਹ ਜਿਹੜਾ ਮਗਰੂਰ ਬਣਿਆ ਬੈਠਾ ਹੈ ਹੈਂ ਬੋਏ ਬਾਂਡੇ ਦਾ ਇਹਦਾ ਗਰੂਰ ਇਹਦੇ ਪੈਰਾਂ ਦੇ ਹੇਠ
ਆ ਜਾ ਸੀਗਾ। ਆਈਆ ਗੱਲ ਤੇ ਤੂੰ ਮੈਂ ਪੁੱਛਣਾ, ਤੂੰ ਗੱਲਾਂ ਚੱਲ ਤੈਨੂੰ ਜ਼ਹਿਨ ਤੇਰਾ ਕਨੀ ਕੰਮ ਕੀਤਾ, ਇਹੋ ਗੱਲ ਮੈਂ ਪੁੱਛਣਾ ਬਈ ਇਹੋ ਜੇ ਬੰਦੇ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ। ਓਏ ਕਿਹੜੀ ਗੁਰ ਗੁਰ ਕਰਦੇ ਪਿਆ, ਮੈਂ ਉਹਨੂੰ ਆਖਿਆ ਏ ਜਵਾਈ ਹੈ ਤੇਰਾ ਚੰਗਾ ਸਿਆਣਾ ਤੇ ਸੋਹਣਾ ਵੀ ਬਹੁ ਏ, ਇਹਨੂੰ ਹੱਥਾਂ 'ਚ ਨਾ ਜਾਵਣ ਦੇ, ਇਹ ਬਹਿਣ ਆ ਆਪਣੀ ਕਾਹੀ ਨਾ ਗੱਲੂ, ਹੁਣ ਗਲੇ ਸੀ ਠੀਕ ਹੈ, ਮੁਤਮਿਨ ਹੋ ਗਿਆ। ਵਾਹ ਵਾਹ, ਤੂੰ ਮੁਤਮਿਨ ਹੋ ਗਿਆ? ਮੈਂ ਤਾਂ ਕੰਨਾ ਤਾਂ ਇੱਥੇ ਰਾਜੀ ਹਾਂ। ਚਲੋ ਜਿਹੜੀ ਮੈਂ ਕਰ ਛੱਡੀ ਏ ਜੀ, ਖੁਸ਼ ਹੈ ਤੂੰ ਵੀ ਨਾ? ਤੂੰ ਵੀ ਖੁਸ਼? ਮੈਂ ਰਾਜੀ ਹਾਂ, ਐਵੇਂ ਉਸੀ ਐਵੇਂ ਕਰਿਆ। ਚੰਗਾ ਅੱਲਾ ਜੀ, ਤੂੰ ਆਖੀ ਜਾਣਾ ਜ਼ਿੰਦਗੀਆਂ ਚੰਗੇ ਬੰਦੇ ਹਮੇਸ਼ਾ ਨੇਕ ਹੀ ਹੋ ਜਾਏ ਹੁੰਦੇ। ਉਹ ਨਾਲੇ ਦਾ ਮੂੰਹ ਵਾਲੇ ਹੇਠਾਂ ਕੀ ਕਰ, ਹੇਠਾਂ ਉਹ ਤੂੰ ਥੱਲੇ ਕੀ ਕਰ, ਉਹ ਫੈਸਲਾ ਕੀ ਆ ਉਹ ਦੱਸੋ ਤਾਂ ਸਹੀ, ਗੱਲ ਕਿੱਥੇ ਮੁੱਕੀ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਲੱਗਾ। ਮੇਰੀ ਭੈਣ ਉਹ ਸਾਰੀਆਂ ਗੱਲਾਂ ਮੈਨੂੰ ਦੱਸ ਗਿਆ। ਕਿਹੜੀ? ਉਸ ਮੈਨੂੰ ਗੱਲ ਦੱਸੀ ਇਹ ਬਈ ਤੁਸੀਂ ਇਹਨੂੰ ਘਰ ਦਾ ਜਵਾਈ ਬਣਾ ਲਓ, ਇਹਨੂੰ ਘਰੇ ਹੀ ਰੱਖੋ, ਬਾਹਰ ਕੱਢਣ ਦੇ ਕੋਈ ਨਹੀਂ। ਅਤੇ ਹੁਣ ਮੇਰਾ ਇਹੋ ਦਿਲ ਹੈ ਬਈ ਇਹਨੂੰ ਘਰੇ ਹੀ ਰੱਖੀਏ, ਇਹਨੂੰ ਉਦੇ ਨਾ ਤੈਨੂੰ ਗੱਲ ਲੈਂਦਾ ਨਹੀਂ, ਇੱਥਾਂ ਹੀ ਹੈ ਰਾਸੀ, ਅਤੇ ਥਾਂ ਹੀ ਮੇਰੇ ਮੈਂ ਲਿੱਤਰਾਂ ਦੇ ਤੈਨੂੰ ਰੱਖਸਾਂ ਤਾਂ ਤਾਂ ਸੋਚ ਕਦਾ ਮੈਂ ਨਿੱਕਾ ਦਿਮਾਗ ਦਾ ਮੈਂ ਵੱਡਾ, ਜਿਹੜੀਆਂ ਤੁਸੀਂ ਮੈਂ ਸਾਰੀਆਂ ਮੈਂ ਸੁਣ ਲਈਆਂ ਤੁਹਾਡੀਆਂ, ਤੁਸੀਂ ਮੈਨੂੰ ਘਰ ਦਾ ਜਵਾਈ ਬਣਾਓ, ਮੈਂ ਕੋਈ ਨਾ ਤੁਹਾਡੇ ਘਰ ਦਾ ਜਵਾਈ ਬਣਨਾ। ਸ਼ਾਹਰੁਖ ਖਾਨ ਤੇ ਸਲਮਾਨ ਦਾ ਤਾਂ ਜਵਾਈ ਬਣਨਾ, ਉਹ ਜਿਹਦੇ ਪਰਨੇ ਉਹਨਾਂ ਦਾ ਹੀ ਜਵਾਈ ਬਣਨਾ ਹੀ, ਉਹ ਮਲਾਂ ਦੀ ਕਤੂਰੀ। ਉਹ ਥੱਲੇ ਅੱਖੀ ਕਰਕੇ ਮੇਰੇ ਨਾਲ ਗੱਲ ਕੀਤੀ ਕਰ, ਮੇਰਾ ਨਾਂ ਸ਼ਾਹਰੁਖ ਖਾਨ ਹੈ। ਉਹ ਬਸ ਕਰ, ਤੂੰ ਬਸ ਕਰ, ਹੁਣ ਤੂੰ ਇਹ ਘਰ ਜਵਾਈ ਹੁਣ ਤੂੰ ਹੇਠਾਂ ਅੱਖੀ ਕਰਕੇ ਗੱਲ ਕਰਨੀ ਹੈ, ਸਮਝ ਲੱਗੀ ਤੈਨੂੰ? ਮੇਰੀ ਬੇਗਮ ਤੂੰ ਮੈਨੂੰ ਅੱਖੀ ਪਟ ਕੇ ਕਰਨ ਲੱਗ ਗਈ ਗੱਲਾਂ, ਜ਼ਬਾਨ ਬਰੇਕ ਚ ਰੱਖ, ਉਸ ਨਾਲ ਉੱਚੀ ਅੱਖ ਚਾ ਕੇ ਗੱਲ ਨੂੰ ਕਰਨੀ, ਸਾਡੇ ਹੁਣ ਲਿਟਰਾਂ ਦੇ ਹੇਠ ਰਾਣੀ ਤੇ ਲਿਟਰਾਂ ਦੇ ਹੇਠ ਹੀ ਰਾਣੀ। ਉਹ ਮੇਰਾ ਜਵਾਬ ਪੁੱਛੇ ਹੋਏ ਨੇ, ਨਾ ਮੈਂ ਘਰ ਜਵਾਈ ਬਣਨਾ, ਨਾ ਮੈਂ ਘਰ ਜਵਾਈ ਬਣਨਾ। ਓ ਤੂੰ ਹੀ ਮੇਰੇ ਵੀਰਾਂ ਨੂੰ ਜਵਾਬ ਦਿੱਤੇ ਆ, ਹਾਂ ਤੇ ਮੇਰਾ ਵੀ ਜਵਾਬ ਸੁਣ ਲੈ, ਮੈਂ ਵੀ ਤੇਰੇ ਨਾਲ ਕੋਈ ਨਹੀਂ ਜਾਵਣਾ, ਮੈਂ ਜਿਵੇਂ ਰੋਸ ਕੇ ਆਈ ਹਾਂ ਨਾ, ਮੈਂ ਇੱਥੇ ਬੈਠੀ ਰਾਸਾਂ, ਤੇਰੇ ਨਾਲ ਤਾਂ ਮੈਂ ਵੀ ਕੋਈ ਨਹੀਂ ਜਾਵਣਾ। ਬੇਗਮ ਆਖਿਰ ਕੌਡੂ ਤੈਨੂੰ ਮਨਾ ਹੀ ਲੈਣਾ ਨਾ। ਬੇਗਮ ਮੰਨ ਜਾ, ਇੱਕ ਦਿਨ ਤਾਂ ਤੂੰ ਮੰਨ ਨਹੀਂ ਜਾਣਾ, ਮੰਨ ਜਾ। ਉਹ ਦੇਈ ਕੋਈ ਹੋਰ ਹੋਣਾ, ਮੇਰੇ ਪੈਰ ਨਾ ਫਾਦ ਦੋ, ਮੇਰੇ ਵਿਰਾਹ ਦੇ ਪੈਰ ਫਾਦ ਦੋ, ਜਿਹਨੂੰ ਜ਼ਲੀਲ ਕੀਤਾ ਇਤਨੇ ਗੱਲਾਂ ਸੁਣਾਈਆਂ ਤੂੰ। ਮੈਂ ਇਹਦਾ ਕਿਉਂ ਪੈਰ ਫਾਦਾਂ? ਮੈਂ ਇਹਦੇ ਕਿਉਂ ਪੈਰ ਫਾਦਾਂ? ਜਿਵੇਂ ਤਰ੍ਹਾਂ ਤੂੰ ਮੇਰੇ ਵਿਰਾਹ ਨੂੰ ਜ਼ਲੀਲ ਕੀਤਾ ਨਾ, ਉਵੇਂ ਤਰ੍ਹਾਂ ਮੈਂ ਤੈਨੂੰ ਵੀ ਜ਼ਲੀਲ ਕਰਨਾ। ਹਲਾ ਮੈਂ ਜ਼ਲੀਲ ਕਰਨਾ ਨਹੀਂ। ਇਹ ਕੀ ਕਰਦਾ ਪਿਆ? ਕੀ ਕਰੂ? ਇਹ ਕੀ ਹੈ? ਚੱਲ ਮੇਰੇ ਨਾਲ ਅਗਲਾ ਲਿੱਤਰ ਨਾ ਮਾਰੀ ਮੈਨੂੰ, ਤੇਰਾ ਲਿੱਤਰ ਹੈ ਵੀ ਬਹੁ ਡਾਡਾ, ਮੈਂ ਟੁਰਨੀ ਆ ਤੇਰੇ ਨਾਲ। ਹਾਂ ਉੱਠ ਤਲੇ ਪਾ। ਉਹ ਮੈਂ ਬਿਨਾਂ ਉੱਠ ਤੇ ਸਹੀ ਸ਼ਾਹਰੁਖ ਖਾਨ, 2 ਮਹੀਨੇ ਪਹਿਲੇ ਇਹਨੂੰ ਲਿੱਤਰ ਮਾਰ ਲੈਂਦਾ, ਚੰਗੀ ਗੱਲ ਹੈ, ਘਰ ਵਸਦੀ ਰਵੇ। ਹਲਾ ਹੁਣ ਚੱਲ, ਹਲਾ ਟੁਰਦੀ ਆ ਮੈਂ। ਹਾਂ ਮਨੀ ਜੀ ਹੈ ਜਾਂ ਨਹੀਂ ਸਵਾਣੀ ਮਨੀ ਜੀ? ਕਿਸੇ ਨਾਲ ਪਿਆਰ ਕੋਈ ਨਹੀਂ, ਦਿਲੋਂ ਕਿਸੇ ਨੂੰ ਵੀ
ਕਿਸੇ ਨਾਲ ਪਿਆਰ ਕੋਈ ਨਹੀਂ। ਅੱਜ ਕੱਲ ਦੀਆਂ ਯਾਰੀਆਂ ਦੇ ਲੁੱਟੇ ਹੋਏ ਹਾਂ ਓਏ ਸੀ ਸਜਣਾ ਬਾਜ਼ਾਰੀਆਂ ਦੇ ਲੁੱਟੇ ਹੋਏ ਹਾਂ। ਓ ਜਲਦੀ ਕਰ ਮੇਰਾ ਲੁੱਕੀ ਵੇਂਦਾ ਪਿਆ, ਜਲਦੀ ਕਰ ਮੇਰੇ ਬਿਰਾਵਾ ਆ ਜਾਵਣਾ। ਓਏ ਦਾ ਕੇਕ ਤੇ ਮੇਰਾ ਪੈਰ ਨਹੀਂ ਪਿਆ ਪੜਦਾ, ਨਾ ਵਗਦੀ ਪਈ ਏ। ਚਲੋ ਜੀ ਹੁਣ ਕੀ ਕਰੀਏ, ਤੈਨੂੰ ਚਲਾਉਣਾ ਆਉਂਦਾ? ਮੈਨੂੰ ਚਲਾਉਣਾ ਆਉਂਦਾ ਤਾਂ ਮੈਂ ਤੈਨੂੰ ਅੱਗੇ ਬਹਾਵਣਾ। ਓ ਮਨੂਸਾ ਜਲਦੀ ਕਰ। ਓਏ ਹੁਣ ਮੇਰੇ ਕੋਲ ਨਾ ਚੱਲੇ ਤਾਂ ਹੁਣ ਮੈਂ ਕੀ ਕਰਾਂ? ਚਲੋ ਜੀ ਮੇਰਾ ਵਿਆਹ ਆ ਗਿਆ, ਤੂੰ ਤੇ ਇੱਕ ਲਿੱਤਰ ਨਾਲ ਹੀ ਢੇਰ ਹੀ ਹੋ ਜਾਵਣਾ, ਹੁਣ ਮੈਂ ਕੀ ਕਰਾਂ? ਹੁਣ ਸਟਾਰਟ ਹੀ ਮੈਂ ਤੁਨਾ ਮੇਰੇ ਪਿੱਛੇ ਆਪੜ ਗਏ ਨਾ, ਮੁੜ ਤੇਰੀ ਮੇਰੀ ਖੈਰ ਕੋਈ ਨਹੀਂ। ਜਲਦੀ ਚਲਾ, ਜਲਦੀ ਕਰ। ਓ ਆ ਗਏ, ਓ ਆ ਗਏ, ਓ ਆ ਗਏ। ਜਾਵਣਾ ਨਹੀਂ, ਜਾਵਣਾ ਨਹੀਂ, ਮਲਾ ਜੀ ਕਤੂਰੀ ਆ ਕੀ ਤੋ ਸਮਝਾ ਬੇ ਅੰਨੇ ਨੇ ਸਾਡੀ ਛੇਰ ਨਾ ਸਾਕ ਖਵਾ ਗਏ ਹੋਰ ਟਿੰਡੇ ਜਾਇਆ ਟਿੰਡੇ ਜਾ। ਤੁਸੀਂ ਲੈਣ ਕੀ ਆਇਓ? ਉਹ ਖਲੋਤੇ ਕਿਉਂ ਫੱਦੂ ਨੂੰ ਮਾਰ ਕੋਲਾ ਚਲੋ ਆਪਣੇ ਹੇਠਾਂ ਲਓ, ਹੇਠਾਂ ਲਓ। ਆਏ ਬੰਦਾ ਕਿਆ ਕਿੱਥੇ ਗਿਆ ਤੂੰ? ਮੈਂ ਆ ਰਿਹਾ ਹਾਂ। ਹੋਰ ਉਹ ਨੂੰ ਤੂੰ ਲੈ ਜਾ, ਹਾਂ ਲੈ ਅੱਗੇ ਲੈ, ਅੱਗੇ ਲੈ, ਹੋਰ ਅੱਗੇ ਲੈ। ਬੋ ਬੋ ਵਾਹ, ਸਿੱਧਾ ਬੋ, ਸਿੱਧਾ ਬੋ, ਬਾਂਦਰ ਜਾ ਸਿੱਧਾ ਬੋ। ਓ ਸ਼ਾਲਾ ਡੇਡੇ ਪੀੜ ਹੋਵੀ। ਹੁਣ ਚੁੱਪ ਕਰੋ, ਚੁੱਪ ਚੱਕਰੋ, ਕੋਈ ਦੁਨੀਆਂ ਨੂੰ ਗਾਲ ਕਰਨ ਦਿਓ। ਹਾਂ ਜੀ। ਅੱਛਾ ਤੂੰ ਮੈਨੂੰ ਇਹ ਦੱਸੋ, ਅਜਣ ਤਾਈਂ ਦੋ ਨੇ ਤ੍ਰੈ ਦੀਵਾਰਾਂ ਗੁਜ਼ਰਦੀਆਂ ਨੇ ਤਾਂ ਤੂੰ ਨਵੇਂ ਤੋਂ ਨਵੇਂ ਲੱਛਣ ਕੱਢੀ ਖਲੀ ਹੈ। ਤੇਰੇ ਪੱਲੇ ਬੰਦਿਆਈ ਤਮੀਜ਼ ਕਾਈ ਨਹੀਂ। ਇਹ ਲੱਛਾ ਨਾ ਕੱਢਿਆ, ਇਹ ਲੱਛਾ ਨਾ ਕੱਢਿਆ ਮਲੰਗੀ। ਮੈਂ ਤੈਨ ਪਿਛਲੀ ਵਾਰੀ ਆਖਿਆ ਏ ਬੱਚਾ ਕੁਆੜੀ ਤੇ ਕਈ ਤੇ ਇਹਦਾ ਪਰਾਂ ਗਚਕਾ ਕੱਢੀਏ, ਤੂੰ ਮੋੜਿਆਂ ਦੀ ਅੱਖ ਲਾਗੋ ਤੇ ਵੇਸ ਗਈ। ਹੁਣ ਰਾਜ ਲਈ ਹੁਣ ਇਹ ਮੋੜਿਆਂ ਦੀ ਪਈ ਆ। ਹੇਠਾਂ ਕੀ ਕਰ? ਰਿਆਜ਼ ਖਾਨ ਮੇਰੀ ਗੱਲ ਸੁਣ ਲਾ, ਸਾਨੂੰ ਅਰਮਾਨ ਬਹਿਣ ਤੇ ਇਹੋ ਹੋਏ, ਚਲੋ ਸ਼ਾਦੀ ਤਾਂ ਬੰਦਾ ਕਰਿੰਦਾ ਰਹਿੰਦਾ ਹੈ, ਬੇ ਕੋਈ ਬੰਦਾ ਵੀ ਹੋਵੇ ਤਾਂ ਉਹ ਅੱਲਾ ਦੇ ਬੰਦਾ ਲਿੱਤਰ ਜਿਹੜਾ ਸਾਰਾ ਤੇ ਦੂਵੀ ਨੇ ਤਾਂ ਤ੍ਰੀ ਦੀਵਾਰ ਤੂੰ ਲੱਛਣ ਕੱਢਣੀ ਹੈ ਤੇ ਤੂੰ ਆਹ ਉੱਪ ਜਾਣੀ ਕੋਈ ਸ਼ਰਮ ਮਈਆ ਤੇਰੇ ਵਿੱਚ ਆਏ ਕਿ ਕੋਈ ਨਾ ਉਹ ਤੇਰੀ ਰੜੀ ਹੋਵੇ ਸਾਡਾ ਬਰਬਾਦੀ ਦਾ ਦਿਹਾੜਾ ਆਵੇ, ਤੂੰ ਇਹਦਾ ਨੱਸੀ ਜਾਂਦੀ ਹੈ ਖੰਜੀਰ ਨਾਲ। ਆਹ ਮਾਰਾ ਕੁੱਤਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਹੈ? ਠੀਕ। ਕੀ ਹਾਲ ਹੈ? ਤੋ ਦੂਰ ਦੂਰ ਮਾਰ ਖਾਵਰੀ ਬਿਸਮਿਲ੍ਲਾ ਮਾਰ। ਕੀ ਹਾਲ ਹੈ? ਠੀਕ ਠਾਕ।
ਹੋਰ ਠੀਕ ਖੈਰ ਬਿਸਮਿਲ੍ਲਾਹ ਅੱਕੇ ਖੈਰ ਤਾਏ ਕੀ ਨੇ ਦਰਾਜ ਜੇ ਸਾਨੂੰ ਹੱਲੇ ਹੋਇਆ ਤੈਨੂੰ ਸਾਨੂੰ ਮਿਲ ਨਹੀਂ ਕਿ ਉਦੇ ਬਾਜ ਕੇ ਥੱਬੀ ਗੱਤਣ ਲੱਗਾ ਵਾਹ ਸੱਤੀ ਤੋਂ ਸਤ ਇਹ ਜੇ ਬੰਦੇ ਕੋਲ ਸਾਥ ਮੁਕਾਮ ਹੈ ਓਏ ਬੋਲ ਗਿਆ ਬੋਲ ਗਿਆ ਮਾਰ ਖਾਵਾ ਖੈਰ ਤਾਏ ਇੰਜ ਦੀ ਅੱਖੀ ਤਾਂ ਚਰਬੀ ਚੜੀ ਹੋਈ ਹੈ ਇਹ ਤਾਂ ਕਾਲੂ ਸਾਥੋਂ ਇਹ ਵੀ ਖੁੰਦਾ ਜੇ ਇਸ ਗੱਲ ਤਾਂ ਤੂੰ ਡੇਰੇਦਾਰ ਇੱਥੇ ਇਸ ਕੋਲ ਆਇਆ ਏ ਨੂੰ ਤਾਂ ਪਰਾ ਕੱਢੋ ਕੀ ਬਲਾ ਹੈ ਮਾਰ ਜੇ ਨਾ ਬਹਾਓ ਇੱਥੇ ਬਹਾਓ ਜਾਟ ਬਾਦ ਕੁੱਤੇ ਤਰ੍ਹਾਂ ਪੌਲੇ ਤਰ੍ਹਾਂ ਨਾਲ ਨਾਲ ਚਮੜੇ ਪਰਾਟ ਬਹੁਤ ਕੀ ਨੇ ਕੀ ਨੇ ਕਾਂ ਖਾ ਕੇ ਆਯੋ ਮਾਰ ਜੀ ਮੈਂ ਤਾਂ ਅੱਗੇ ਫੁੱਲ ਹੋਇਆ ਤੇਰੇ ਕੋਲ ਤਾਂ ਅਸੀਂ ਚੰਗਾ ਆਇਆ ਸਾਥ ਮੁਕਾਵਣ ਤੇ ਜਿਹੜਾ ਤੂੰ ਆਇਆ ਤੇ ਤੇਰਾ ਜਨਾਬ ਤਬੀਅਤ ਵੇਖ ਲਈ ਮੈਂ ਤਾਂ ਇਸ ਨੂੰ ਯਾਦ ਕਹਿ ਬਿਰਾਲ ਪਿੱਟਾਂ ਇਸ ਮੱਖਾ ਬੰਦੇ ਕੋਲ ਤੈਨੂੰ ਤੁਹਾਨੂੰ ਵੀ ਮੈਂ ਜਾਣਦਾ ਤੁਸੀਂ ਮੇਰੇ ਨਾਲ ਗੱਲ ਕਰੋ ਇਹ ਕੌਣ ਹੈ ਮਾਰ ਜੀ ਹੋਇਆ ਤੂੰ ਕੌਣ ਹੈ ਮਾਰ ਜੀ ਮੈਂ ਤਾਂ ਸੈਨਾ ਇਹਨੂੰ ਸਮਝ ਕਾ ਨਹੀਂ ਆਉਂਦੀ ਇਹਨੂੰ ਕੋਈ ਨਹੀਂ ਪਤਾ ਮਾਰ ਖਾਵਾ ਤਾਂ ਖੇਡਾ ਨਾ ਹੈ ਜੀ ਇਹ ਹੈ ਜੀ ਸਾਡਾ ਚੌਥਾ ਬਿਰਾ ਤੇ ਬਸ ਮੋੜ ਕੀ ਤੁਹਾਨੂੰ ਪਚਿਆਈ ਕੋਈ ਨਹੀਂ ਆਉਂਦੀ ਮਿਲਾ ਨੂੰ ਦੱਸਣ ਲੱਗਿਆ ਵੀ ਸਾਡਾ ਬਿਰਾ ਹੈ ਇਹੋ ਤੇ ਰੋਲਾ ਸ਼ਰਮ ਆਉਂਦਾ ਹੈ ਇਸ ਤੋਂ ਸੱਤੇ ਹੋਏ ਨੱਸੀ ਜਾਂਦੀ ਹੋਣੀ ਐਵੇਂ ਸਮਝੋ ਜੀ ਇਹ ਗਾਰ ਇਹ ਸ਼ੋ ਦੀ ਵਿਚਾਰੀ ਆਟਾ ਗੁੰਨਣ ਲੱਗੇ ਤਾਂ ਇਸ ਰੜੀ ਉਹ ਉਠਾ ਕੀ ਰੱਖਣ ਦੇ ਗਾਹ ਲਈ ਤੇ ਮੰਦੇ ਕੱਢੀ ਰੱਖਣ ਜੇ ਉਹ ਬੱਕਰੀਆਂ ਨੂੰ ਪਾਣੀ ਪਵਾ ਜਾ ਤਾਂ ਸੋਟਾ ਚਾਹ ਕੇ ਮਗਰ ਉਹ ਚੱਲਣਾ ਜਾਂਦੀ ਪਈ ਆ ਅੱਛਾ ਹੁਣ ਤੁਹਾਡਾ ਰੌਲਾ ਕੀ ਹੈ ਦੱਸ ਤਾਂ ਮੈਨੂੰ ਕਿ ਤੁਸੀਂ ਫੋਨ 'ਤੇ ਪਾ ਲਈਏ ਮਾਰ ਜੀ ਰੌਲਾ ਕੀ ਹੈ ਇਹ ਉਹ ਨੱਸੀ ਜਾਂਦੀ ਆ ਦੱਸਿਆ ਜੀ ਸਾਡੀ ਆਦਤ ਸੁਣੋ ਜੀ ਆ ਪਰੂ ਵੇਂਦੇ ਭੋ ਜੀ ਆ ਆ ਲਾਲ ਟੈਨ ਜੱਡਾ ਅਮੇ ਸ਼ਰਫ ਖਾਨ ਐਂਡਾ ਸਾਈ ਵੇਂਦੇ ਭੋ ਜੀ ਮਾਰ ਜੀ ਸਾਨੂੰ ਇਸ ਖੁਦਾ ਦੀ ਕਸਮ ਪੂਆ ਗੱਤੀ ਖਲਾਇਆ ਬੰਦਾ ਹੈ ਸਾਡੇ ਨੱਕ ਤੇ ਲੜਿਆ ਖਲਾ ਨਾਲੇ ਇਹ ਲੜਿਆ ਖਲਾ ਤੇ ਨਾਲੇ ਤੈਨੂੰ ਹੁਣ ਅਗਲੀ ਗੱਲ ਦੱਸਾਂ ਤਾਂ ਅਗਾ ਆਪ ਸਮਝ ਲਓ ਕਿਉਂ ਇਹਦੇ ਨਾਲ ਨੱਸੀ ਜਾਂਦੀ ਆ ਮੈਂ ਇਹਦੇ ਨਾਲ ਸ਼ਾਦੀ ਜੋ ਕਰਨੀ ਹੈ ਇਸ ਵਾਸਤੇ ਹਲੋ ਹਾਂ ਤੇ ਜਿਹਦੇ ਨਾਲ ਸ਼ਾਦੀ ਹੋਵੇ ਉਹਦੇ ਨਾਲ ਹੀ ਬੰਦਾ ਨੱਸਦਾ ਹੋਰ ਕਿਹਦੇ ਨਾਲ ਇੱਦੀ ਆ ਵੱਡੇ ਤਰੀਕੇ ਆ ਹੋਰ ਆਵੇ ਨਾ ਤੋ ਐ ਮੈਨੂੰ ਫੋਨ ਕੀਤਾ ਮੈਂ ਆ ਫੋਨ ਕੀਤਾ ਮੈਂ ਤੋ ਤਾਂ ਆਖਿਆ ਬਈ ਇਹ ਨੱਸੀ ਜਾਂਦੀ ਤੂੰ ਪਹਿਲਾਂ ਸ਼ਾਦੀ ਪਿਆ ਕਰਦਾ ਹਾਂ ਸ਼ਾਦੀ ਕਰਦਾ ਪਿਆ ਨਾ ਹਾਂ ਮੈਂ ਤਾਂ ਸ਼ਾਦੀ ਕਰਨੀ ਉਹ ਸੁਣੀ ਸੁਣੀ ਉਹ ਪਹਿਲਾਂ ਮੈਂ ਸ਼ਾਦੀ ਪਿਆ ਕਰਦਾ ਮੇਰੇ ਕੋ ਕੂੜ ਮਰਿੰਦੇ ਹੋ ਡੇਢ ਪੀੜਿਆ ਤੈਨੂੰ ਮੈਂ ਬਾਰ ਬਾਰ ਆਖਿਆ ਬਈ ਇਹ ਬੰਦਾ ਸੱਤੀ ਕੁਲ ਇਹ ਕਮੀਆਂ ਨਾਲ ਹੀ ਬੈੜਾ ਮਲੂਮ ਹੁੰਦਾ ਪਿਆ ਮੈਨੂੰ ਇਹ ਮੇਰੀ ਬੇਇੱਜ਼ਤੀ ਤੇ ਨਹੀਂ ਕਰਿੰਦਾ ਪਿਆ ਨਹੀਂ ਮਾਰ ਜੀ ਉਹ ਲੱਗਵਾ ਕੁੱਤੇ ਪਹਿਲੇ ਨਾਲ ਲੋ ਲੋ ਮੈਂ ਅੱਗੇ ਸੋਚੇ ਵਾਦਾ ਮੈਂ ਤੁਸਾਂ ਮੇਰੀ ਬਿਰਾਵਾਂ ਵੀ ਇੱਜ਼ਤ ਕਰਾਣੀ ਮੇਰਾ ਪੂਰੇ ਇਲਾਕੇ ਹੀ ਨਾਮ ਲੰਘੀ ਮੈਨੂੰ ਦੁਨੀਆ ਜਾਣਦੀ ਆ ਉਹ ਚਗਾਲਾ ਵੇਖੋ ਨਾ ਆਹ ਹੁਣ ਕਿਹੜੇ ਚੰਗੇ ਲੱਗਦੇ ਪੈਣ ਇਹ ਜੁੜਦੇ ਪੈਣ ਬਿਨਾਂ ਦੀ ਭੈਣ ਹੁਣ ਜੇ ਤੂੰ ਕਿਸੇ ਨੂੰ ਆਖੇ ਵੀ ਸਹੀ ਹੈ ਮੇਰੀ ਭੈਣ ਨੱਸੀ ਵੀ ਜਾਂਦੇ ਹੋ ਕਿਸੇ ਮੰਨਣਾ ਉਹਨਾਂ ਨੇ ਕੂੜਾ ਦੋ ਜਹਾਨਾਂ ਦਾ ਕਹਿੰਦੀ ਕਿ ਤੂੰ ਭੈਣ ਬਸ ਕਰ ਮਾਰ ਬਸ ਕਰ ਮੇਰੇ ਪੱਲੇ ਜਿਹੜੀ ਤੂੰ ਛੱਡਣੀ ਆ ਇਹਨਾਂ ਨਾਨਾ ਤੋਂ ਛੱਡ ਛੱਡੀਏ ਇਹ ਭਾਵੇਂ ਹੁਣ ਤੇਰੇ ਕੋਲ ਭੈਣ ਤੇ ਭਾਵੇਂ ਨਹੀਂ ਮੈਂ ਤੇਰੇ ਕੋਲ ਹੁਣ ਕੋਈ ਨਹੀਂ ਬਣਦਾ ਤੁਸੀਂ ਚਾਹੁੰਦੇ ਕੀ ਹੋ ਬਈ ਇਹ ਗੁਨਾਹ ਤੱਕ ਰਹਿੰਦੀ ਕੋਰੀ ਕੋਲ ਨਿਕਾਹ ਨਹੀਂ ਕਰੂਗਾ ਸ਼ਾਦੀ ਵੇਖੋ ਰੱਤਾ ਜੋੜਾ ਪਾਈ ਵਧੀਆ ਉਹ ਵੇਖ ਗੱਭਰੂ ਆਪਣਾ ਬਣਿਆ ਵਾਲਾ ਸਾਰਾ ਰੌਦੂ ਵੇਖ
ਮਾਰ ਖਾਵਾਰ ਇਤਰਾਜ ਕੋਈ ਮਾਰ ਜੀ। ਅੱਛਾ ਅਸੀਂ ਇਹ ਗੱਲ ਕਰਨੇ ਆ ਕਿਸੇ ਬੰਦੇ ਨਾਲ ਕਰੇ ਨਿਕਲ ਜਾਂਦੀ। ਅੱਛਾ ਚਲੋ ਇਹੋ ਤੁਹਾਡਾ ਇਤਰਾਜ਼ ਰਹਿ ਗਿਆ ਇਹਦੇ ਨਾਲ ਨਾਪਰ ਨੀ ਵੇ ਬੰਦੇ ਗੱਲਾਂ ਨਾ ਕਰੇ ਸਾਡੇ ਤੋਂ ਮੁਕਾਲਾ ਹੁੰਦਾ ਸਾਡੇ ਥੇ ਚਲਾਈ ਹੋਏ ਮਾਰ ਤੁਸੀਂ ਸ਼ਾਬਾਸ਼ ਚਾਹੁੰਦੇ ਹੋ ਬੈਣ ਭਾਵੇਂ ਸਾਡੀ ਨਸ ਨਸ ਜਾਵੇ ਜਿਹਦੇ ਨਾਲ ਵੀ ਨਸੇ ਪਾ ਕੌਡੂ ਨਾਲ ਨਾ ਨਸੇ ਇਹੋ ਰੌਲਾ ਇਹਦਾ। ਮੈਂ ਕਿੱਲੇ ਤੈਨੂੰ ਬੰਨ ਛੱਡੋ ਜੱਟ ਦਾ ਜੱਟ ਮਾਰ ਜੀ ਅਸੀਂ ਕੀ ਕਰੀਏ ਤੁਸੀਂ ਸੱਚਿਓ ਜਿਹੜਾ ਸਾਡਾ ਪਿਓ ਆ ਇਹਨਾਂ ਮੁਸਲੀਓ ਜਾਂਦਾ ਹੈ ਲੱਸੀ ਲੈਣੋ ਅਸਲ ਕੁੱਤਾ ਜੰਮੇ ਤੇ ਅੱਧਾ ਮੁਸਲੀਆਂ ਤੇ ਵਗ ਗਿਆ ਕਾਲਾ ਵੇ ਤੇ ਉਹ ਲੱਗਾ ਵਗ ਗਿਆ ਆਲਾ ਗੱਲ ਤੁਹਾਡਾ ਕੋਈ ਬਿਰਾਦਰੀ ਦੇ ਵਿੱਚ ਐਸਾ ਘਰ ਹੈ ਵੀ ਜਿੱਥੇ ਇਹ ਰਿਸ਼ਤਾ ਤੁਸੀਂ ਦੇ ਲਓ ਕੋ ਪਿਤੇਰ ਕੋ ਬਸੇਰ ਮੈਂ ਤਾਂ ਮਾਰ ਜੀ ਕੋਈ ਨਹੀਂ ਮਲੂਮ ਕੋਈ ਨਹੀਂ ਮਲੂਮ ਹੁੰਦਾ ਨਹੀਂ ਹੁਣ ਬਿਰਾਦਰੀ ਤੁਸੀਂ ਤੁਹਾਡਾ ਰਿਸ਼ਤਾ ਹੈ ਕੋਈ ਨਾ ਜਿੱਥੇ ਤੁਸੀਂ ਕਰ ਲਓ ਸਮਝ ਆ ਗਈ ਇੱਕ ਤਾਂ ਉਹਨੂੰ ਉਹ ਦੁੱਖੜਾ ਛੋਦੀ ਨੂੰ ਦੂਆ ਸਭ ਤੋਂ ਵੱਡਾ ਉਹਨੂੰ ਦੁੱਖ ਹੈ ਵੀ ਜਿਹੜਾ ਤੂੰ ਇਹਦਾ ਬਿਰਾ ਹੈ ਤੈਨੂੰ ਵੇਖ ਕੇ ਵੀ ਉਹਦਾ ਅੰਦਰ ਛੁਦੀ ਦਾ ਖਾਈਦਾ ਰਹਿੰਦਾ ਸਮਝ ਗੱਲ ਹੁਣ ਉਹਨੂੰ ਲੱਭੇ ਭਾਵੇਂ ਕੌਡੂ ਭਾਵੇਂ ਲੱਭੇ ਕੋਈ ਉਸ ਤਾਂ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਗੱਲ ਨਹੀਂ ਤਾਂ ਕਾਹਦੀ ਸੂੰ ਹੇਕ ਹਿਸਾਬ ਵਿੱਚ ਤੋਂ ਫੈਸਲਾ ਕੀਤਾ ਠੀਕ ਗਲਤ ਹੁੰਦਾ ਫੈਸਲਾ ਕੋਈ ਨਹੀਂ ਪਰ ਮਨੀਮਣੀ ਤਾਂ ਮੁੜ ਤੂੰ ਆਉਂਦੀ ਹੈ ਨਾ ਜਿਵੇਂ ਤੂੰ ਸਾਖੜਾ ਮਾਰ ਜੀ ਮੇਰੀ ਗੱਲ ਸੁਣ ਅਸਾਂ ਇਸ ਕੌਡੂ ਨਾਲ ਇਸ ਲਿੱਤਰ ਜੀ ਜੇਡੇ ਨਾਲ ਅਸਾਂ ਬਹਿਣ ਨੂੰ ਕੋਈ ਨਹੀਂ ਜਾਣ ਦੇਣਾ ਸੰਥੇ ਵਾਲਾ ਮੁਲਕ ਕੋ ਜ਼ਿਆਦਾ ਤੇਰਾ ਹੁਣ ਦਿਲ ਲੈ ਬਈ ਤੇਰੀ ਬਹਿਣ ਮੈਂ ਲੈ ਲਵਾਂ ਮੈਂ ਫੈਸਲਾ ਕਰਨ ਬੈਠਾ ਮੈਂ ਕੋਈ ਰਿਸ਼ਤਾ ਲੈਣ ਨਹੀਂ ਡਿੱਡੂ ਤਾਂ ਮੁੜ ਜੇ ਤੂੰ ਗੱਲਾਂ ਕਰਿੰਦਾ ਪਿਆ ਨਾ ਵਾਟਦੀਆਂ ਮੈਂ ਮਲੰਗੀਆਂ ਮੈਂ ਪੂਰਾ ਇਲਾਕਾ ਤੇ ਜ਼ਮਾਨਾ ਜਾਣਦਾ ਮੈਂ ਇਹ ਤਾਂ ਬਿਰਾ ਮੇਰੇ ਤੋਂ ਡੌਕ ਬਣੇ ਹੋਏ ਨੇ ਸਮਝ ਆਏ ਤੁਹਾਨੂੰ ਮੈਂ ਕਾਹਨੂੰ ਤੇਰਾ ਸ਼ਾਦੀ ਕਰਾਂ ਆ ਮਾਰ ਤੇ ਦਾ ਬੜਾ ਬੱਬੋ ਲਾ ਦੇ ਕੁੱਤੇ ਦਾ ਬੇ ਮਾਰ ਦੇ ਕੋਈ ਬਕਵਾਸ ਕਹਿੰਦਾ ਫੈਸਲਾ ਨਾ ਸੁਣ ਲੈ ਲਈ ਨਾ ਉਹ ਗੈਰਤ ਕਰੋ ਬੇ ਗੈਰਤੇ ਨਾ ਬਣੋ ਉਹ ਮਾਰ ਦਾ ਦਿੱਲੂ ਅਸਲ ਨੀਅਤ ਹੀ ਤਬਦੀਲ ਹੋਈ ਖਲੀ ਨੇ ਉਹ ਨੀਅਤ ਤਬ ਉਹ ਨੇ ਲੈ ਜਿਆ ਮੈਨੂੰ ਉਹ ਫੈਸਲੇ ਮੈਂ ਕਰਦਾ ਬਕਵਾਸ ਕਿੱਥੇ ਜਾਂਦਾ ਤੁਸੀਂ ਖਾ ਕੇ ਜਾਵਣੀ ਕਰੋ ਗੱਲਾਂ ਖਾ ਕੇ ਜਾਵਣੀ ਵੀਰਾ ਤੈਨੂੰ ਆਂਦਾ ਮੈਂ ਸਿੱਤਰੇ ਜਾਵੀਏ ਤੇ ਜਾ ਕੇ ਮਾਰ ਨਾਲ ਗੱਲ ਕਰੀਏ ਹੁਣ ਉਹ ਵੀ ਟੈਨਸ਼ਨ ਪਿਆ ਬੈਠਾ ਇਹਨੂੰ ਆਖੇ ਆ ਲੰਮੇ ਬੇਵਕੂਫ ਮਾਰੇ ਕੁੱਤੇ ਨੂੰ ਬੱਧਿਆ ਉਥਾ ਹੀ ਤੂੰ ਚਲੇ ਖਲੋਤਾ ਖਲੋਤਾ ਤੈਨੂੰ ਜੋ ਆਖੇ ਇਹਨੂੰ ਘਰੋਂ ਨਾ ਕੱਢ ਅੱਛਾ ਇਹ ਮੰਮੀ ਨਾਲ ਉਠਿੰਦਾ ਕੁੱਤਾ ਦੂਏ ਵੇ ਲੋਕ ਨਾਸ਼ਤਾ ਕਰਦਾ ਇਹ ਕੁੱਤਾ ਨਿਕਲ ਜਾਂਦਾ ਵਾਹ ਡੱਡੂ ਖਾ ਕੇ ਮੈਂ ਤਾਂ ਜੋਲੀ ਕਰੇਨਾ ਮੈਂ ਤਾਂ ਬੈਣ ਸਮੇਂ ਝਾ ਰਹੀ ਮਰ ਜਾਵਾਂ ਮੈਂ ਤੁਹਾਡੇ ਮਗਰੂ ਲੈ ਜਾਸਾਂ ਇਹਨੂੰ ਚੁੱਪ ਕਰਾ ਤੇ ਮਾਰ ਪਰਾਂ ਗੱਲ ਕਰ ਕਬੜਿਆ ਬੈਠੀ ਚੁੱਪ ਸਾਨੂੰ ਫੈਸਲਾ ਆ ਮੇਰੀ ਮੋਨ ਛੱਡਿਆ ਜੇ ਮਾਰ ਤੂੰ ਤੁਸੀਂ ਨਾ ਖਾ ਕੇ ਜਾਵੋ ਤੋ ਓਕ ਬੰਦ ਚਾ ਕਰੋ ਉਹ ਲੋਕ ਬੰਦ ਨਾ ਜੀ ਮਾਰ ਜੀ ਤੁਸੀਂ ਆਪਣੀ ਹੁਣ ਕਰ ਲਈ ਇਹ ਕਰ ਲਿਆ ਸਮਾਂ ਮੇਰਾ ਦੋਤਾ ਕੁੱਚਾ ਜਵਾਬ ਹੈ ਜਿਹੜੇ ਤੁਸੀਂ ਬਿਰਾਹ ਉਧਰ ਦਾਣਾ ਥਾਲੇ ਮੈਂ ਤੁਹਾਡਾ ਇਤਨਾ ਸੈਂਸ ਨਹੀਂ ਵੀ ਤੁਸੀਂ ਆਏ ਹੋ ਇੱਕ ਫੈਸਲਾ ਕਰਾਵੇਂ ਨੂੰ ਅਤੇ ਆਪਣੀ ਟਹਿ ਟਹਿ ਲੈ ਬੈਠੋ ਤੁਹਾਡੀ ਬਹਿਣ ਵਾਲਾ ਮੈਂ ਲੈਂਦਾ ਹੁਣ ਲਾਂਤੀ ਤੇ ਮੂੜ ਮਾਰ ਜੀ ਫੈਸਲਾ ਤੁਹਾਡੇ ਕੋਲ ਸੀ ਆਇਆ ਕਰਨ ਆਇਆ ਤੁਸੀਂ ਗੱਲਾਂ ਗੋਲ ਮੋਈ ਨਾ ਵੇਚੋ ਕੋਲ ਨਹੀਂ ਇਹ ਕੁਝ ਵੀ ਕਰੇ ਨਾ ਮੈਂ ਤੇਰਾ ਸ਼ਾਦੀ ਕਾਹਨੂੰ ਕਰਨੀ
ਤੇ ਮੈਂ ਕਿਹਦੇ ਆਖੀਏ ਕਿ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਇਹਨਾਂ ਦਾ ਦਿਲ ਹੋਵੇ ਵੀ ਸਹੀ, ਇਹ ਮਲੰਗੀ ਦੇ ਜ਼ਿੱਦ ਕੀਤੀ ਗੋਤਾ, ਇਹ ਬਾਵੇਂ ਜਿਹੜੀ ਜ਼ਿੱਦ ਚ ਕਰੇ ਮੈਂ ਤੇਰੇ ਨਾਲ ਸ਼ਾਦੀ ਕਰੂ ਕਰਨੀ। ਤੇ ਮੈਂ ਕਿਹਦੇ, ਇਹ ਤੁਸੀਂ ਮੈਨੂੰ ਕਿਹੜੇ ਰੋਲ ਚ ਕਰਤਾ? ਇਹਨੂੰ ਸਮਝਿਆ ਮੈਂ ਕਾਈ ਨੂੰ ਕਰਨੀ ਇਹਦੇ ਨਾਲ ਸ਼ਾਦੀ? ਤੇ ਮੈਂ ਕਿਹੜਾ ਕਰੇਂਦੀ ਪਈਆਂ ਤੇਰੇ ਨਾਲ ਸ਼ਾਦੀ? ਮਾਰ ਕੋ ਭੋਗ ਨਹੀਂ, ਮਾਰ ਕੋ ਭੋਗ ਨਹੀਂ, ਉਹ ਬਿਰਾਵਾਂ ਨਾ ਕਰ, ਉਹਨੀਆਂ ਨਾ ਕੱਢ। ਮੇਰੀ ਬਹਿਣ ਬਿਰਾਵਾਂ ਦੇ ਦਮ ਨੂੰ ਪੇਟ ਜਿਹੜੇ ਸਾਥ ਇੱਥੇ ਲੈ ਕੇ ਆਏ ਨਹੀਂ, ਉਹ ਇਹ ਨਹੀਂ ਨੇ ਪਤਾ ਵੀ ਉਹ ਮਾਰ ਤਾਂ ਉਹਦਾ ਜ਼ਹਿਨ ਹੀ ਹੋਰ ਹੋਇਆ ਖਲਾ, ਮੈਨੂੰ ਪਤਾ। ਉਹ ਮਾਰ ਜੀ ਫੈਸਲਾ ਕਰੋ, ਮੈਂ ਤਾਂ ਲੈ ਕੇ ਜਾਵਾਂ। ਕੀ ਗੱਲ ਹੈ, ਉਹ ਸਦਾ ਯਾਰ ਬੈਠਾ ਉਹਦੇ ਨਾਲ ਗੱਲ ਨਹੀਂ ਨਾ ਕਾਈ ਨਾ। ਅਸਾਂ ਮੇਰਾ ਜੀ ਨੂੰ ਅਸਾਂ ਉਹ ਇੰਡਾ ਛੱਡਣਾ ਲੈ ਦੇਣਾ ਜਾ। ਮੇਰਾ ਫੈਸਲਾ ਹੋ ਗਿਆ, ਉਹਦੇ ਨਾਲ ਗੱਲੂ ਕੋਈ ਨਹੀਂ, ਨਹੀਂ ਤੇ ਮੈਂ ਵੀ ਕੋਈ ਨਹੀਂ ਪਰਨੀ ਹੂੰ ਇਧਰ। ਹੁਣ ਮਰਨੇ ਤਾਂ ਪਾਇਆ, ਹੁਣ ਬਿਰਾਵਾਂ ਨੂੰ ਮੁਤਮਿਨ ਕਰਨਾ ਤੇ ਮੈਂ ਤੇਰੇ ਨਾਲ ਸ਼ਾਦੀ ਕਰਨੀ। ਮੈਂ ਤਾਂ ਐਵੇਂ ਕਾਹਦੀ ਕਰਨੀ ਤੇਰੇ ਨਾਲ? ਲਿਓ ਜੀ, ਮੈਂ ਕਦੋਂ ਆ ਕੇ ਵੀ ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ ਵੀ ਤੁਸੀਂ ਮੈਨੂੰ ਇੱਥੇ ਪਰਨਾਵਣ ਵਾਸਤੇ ਲੈ ਕੇ ਆਇਓ? ਜਨਾਬ ਮੈਨੂੰ ਸਮਝਾਓ, ਮੈਂ ਨਹੀਂ ਕਰਦਾ ਯਾਰ। ਲਿਓ ਜੀ, ਇਹ ਡੋਰਾ ਤਾਂ ਨਹੀਂ ਕੋਈ? ਓਏ ਮੇਰੇ ਵੱਲ ਵੇਖੋ, ਮੇਰੇ ਵੱਲ ਵੇਖੋ, ਅਕੋਲਕਾਰ ਕੋ ਜੋ ਇੰਜ ਸੇ ਪਾਗਲ ਸੇ ਤੋੜਾ ਕੇ ਦਿਨ ਦੇਵਣ ਨਹੀਂ ਸੇ ਆਏ, ਇਹ ਮਾਰ ਹੋਇਆ ਤੁਮੜ ਉਹ ਤਾਂ ਮੰਗਦਾ ਪਿਆ ਨਾ ਇਹਨਾਂ ਨੂੰ ਜੇ ਬੂਹੇ ਤੋਂ ਮੈਂ ਉਠਾ ਛੱਡਾਂ ਨਾ ਤਾਂ ਮੇਰੀ ਸੱਥ ਵੀ ਮੁੱਕ ਜਾਣੀ ਹੈ ਪੂਰੇ, ਇੱਥੇ ਇਹਦੇ ਵਿੱਚ ਡੰਡੋਰਾ ਪੈ ਜਾਣਾ ਹੈ। ਮਾਰ ਖਾਵਰ ਦੀ ਸੱਥ ਜਿਹੜੀ ਹੈ ਨਾ ਉਹ ਕਾਈ ਨਹੀਂ, ਉਹ ਫੈਸਲਾ ਨਹੀਂ ਕਰ ਸਕਦਾ ਤੇ ਨਾ ਕਿਸੇ ਆਏ ਗਏ ਦਾ ਉਹ ਹਯਾ ਕਰਦਾ। ਹੁਣ ਇਹ ਹੈ ਵੀ ਇਹਨਾਂ ਦਾ ਹਯਾ ਵੀ ਨਹੀਂ ਟਿਕਿੰਦਾ, ਉਹ ਵੀ ਕਰਨਾ ਅਤੇ ਫੈਸਲਾ ਵੀ ਕਰਨਾ। ਉਹ ਬੇਲੀਆਂ, ਉਹ ਮੈਂ ਹਮੇਸ਼ਾ ਤੁਹਾਡੀ ਇਮਦਾਦ ਕੀਤੀ, ਜਿਹੜਾ ਵੀ ਬੂਹੇ 'ਤੇ ਆਇਆ, ਕੋਈ ਫੈਸਲਾ ਕਰਨ ਆਇਆ, ਕੋਈ ਕੁਛ ਲੈਣ ਆਇਆ, ਮੈਂ ਕਦੀ ਖਾਲੀ ਨਹੀਂ ਮੋੜਿਆ ਅਤੇ ਤੁਹਾਨੂੰ ਅੱਜ ਮੈਂ ਵੀ ਅੱਜ ਵੀ ਕੋਈ ਨਹੀਂ ਖਾਲੀ ਮੋੜਨਾ। ਤੁਸੀਂ ਜ਼ਿੱਦ ਕੀਤੀ ਖੋਤੇ ਹੋ ਨਾ, ਤੁਸੀਂ ਬਹੁ ਸਮਝ ਆ ਗਈ ਅਤੇ ਸਾਰਾ ਦੁੱਖ ਹੁੰਦਾ ਜੀ ਇਹਨਾਂ ਦੀਆਂ ਭੈਣਾਂ ਘਰੋਂ ਨਿਕਲ ਜਾ ਮੈਨੂੰ, ਪਰ ਮਲੰਗੀ ਉਹ ਬਾਹਰ ਟੁਰਨ ਦੀ ਘੇੜੀ ਰਹਿ ਜਾਂਦੀ। ਹੁਣ ਤੁਸੀਂ ਜ਼ਿੱਦ ਕੀਤੀ ਖੋਤੇ ਹੋ, ਔਖਿਆਂ ਸੌਖਿਆਂ ਅਖੀਰ ਮੈਂ ਕੌੜਾ ਗੁੱਟ ਭਰ ਲੈਂਦਾ, ਠੀਕ ਹੈ, ਲੇਕਿਨ ਤੁਹਾਡੇ ਮਗਰ ਉਹ ਮੈਂ ਤੁਹਾਡੇ ਮਗਰ ਇਹ ਕੁਰਬਾਨੀ ਦਿੰਦਾ ਪਿਆ ਨੇ, ਯਾਦ ਰੱਖਿਆ ਤੁਹਾਡੇ 'ਤੇ ਮੇਰਾ ਅਹਿਸਾਨ ਹੈ, ਤੁਸੀਂ ਮੇਰੇ ਅਹਿਸਾਨ ਦੇ ਥੱਲੇ ਹੋ, ਬਹੁ ਸਾਡੀ ਖੈਰ। ਮੈਂ ਹੁਣ ਕਰਿੰਦਾ ਮੋਟਰਸਾਈਕਲ ਆਹੋ ਮੇਰਾ ਖਲੋਤਾ ਹੈ, ਉਸ 'ਤੇ ਮੈਂ ਕੇਕ ਮਰਿੰਦਾ ਅਤੇ ਮੈਂ ਐਵੇਂ ਨਾ ਘੰਟੇ ਦੇ ਵਿੱਚ ਵਿੱਚ ਆਇਆ ਇੱਥੋਂ ਵਕੀਲ ਕੋਲ ਜਾਂਦੇ ਹਾਂ ਸਰੂਪ ਜਾਜ ਦੇ ਪੇਸ਼ ਹੋਣਾ ਅਤੇ ਨਿਕਾਹ ਕਰਾ ਕੇ ਅਤੇ ਮੈਂ ਹੁਣੇ ਆਇਆ ਮੁੜ, ਬਾਕੀ ਜਿਹੜਾ ਨਾ ਸ਼ੁਗਲ ਮੁਗਲ ਕਰਿੰਦੇ ਹਾਂ, ਠੀਕ ਹੈ ਆ ਜਾ। ਕੀ ਖੈਰ ਤਾਈ, ਨਸ਼ਾ ਤਾਂ ਨੂੰ ਪੀਤੀ ਵਦਾ ਅਗਾਂ ਜਾ ਨਿਕਲ ਜੱਟ ਬਾਦ, ਹੁਣ ਤਾਂ ਘਰ ਤੇ ਹੋਵੇ ਤੇ ਪਾਇਓ ਬੇ ਘਰ ਤੇ ਮਰ ਜਾ, ਵੀ ਨਾ ਜੀਵਨ ਜੀਵਨ ਨਾਲ ਮਰ ਜਾ ਪਰ। ਓਏ ਕੀ ਬਲਾ ਇਹਨੂੰ ਮਾਰ ਜੀ, ਇੱਕ ਦੱਸੋ ਸੱਚਾ ਸ਼ੁਦਾ, ਮੈਂ ਤਾਂ ਸੋਚ ਹੀ ਪੈ ਗਿਆ ਇਹ ਫੈਸਲਾ ਸਾਡੇ ਐਵੇਂ ਕਰਨੇ ਆ, ਤੁਹਾਡੇ ਹਯਾ ਨੂੰ ਕਰਦਾ ਪਿਆ ਔਰ ਮੈਨੂੰ ਕਿਹੜੀ ਮਜਬੂਰੀ ਹੈ? ਤੂੰ ਨਾ ਕਰ ਇਹਨਾਂ ਦਾ ਹਯਾ, ਮੈਨੂੰ ਇਹ ਦੱਸੋ ਮੈਂ ਜੋ ਨਸ ਕੇ ਜਾਂਦੀ ਪਈ ਆ ਮੂੰ, ਉਹ ਤੁਹਾਨੂੰ ਮੈਂ ਚੰਗੀ ਨਾ ਲੱਗੀ ਤੇ ਖੁਦ ਤੁਸੀਂ ਮੈਨੂੰ ਲੈ ਕੇ ਆਏ ਹੋ ਇੱਥੇ ਦੇਵਣ ਵਾਸਤੇ? ਬਿਲੇ ਜੀ ਪਰ ਇਹ ਬਿਰਾਵਾਂ ਨੂੰ ਪੇਟ ਟੋਕ, ਮੈਨੂੰ ਜੱਟ ਬਾਜੂ ਸਾਰੇ ਪਿਟੇਂਦੇ ਪਏ ਇਹਨਾਂ ਦੇ ਦਾਮ ਨੂੰ ਪੇਟ ਟੋ, ਤੂੰ ਕੀ ਬਿਰਾ ਕੋਈ ਨਹੀਂ, ਮੈਨੂੰ ਤਾਂ ਬਿਰਾਵਾਂ ਦੀ ਲਿਸਟ ਚੋਂ ਦੇਖ ਲੈ ਇੱਧੇ ਆ, ਹੁਣ ਤਾਂ ਕੰਮ ਸਿੱਧੇ ਪੈ ਗਿਆ, ਤੁਸੀਂ ਮੇਰੇ ਫੈਸਲੇ ਤੇ ਦੇ ਨਾ ਆ ਵੀ ਨਹੀਂ ਕੀਤੀ, ਹੁਣ ਇਹਦੇ ਨਾਲ ਗੱਲੋ ਤਈਆ ਮੈਂ ਦਿਓ। ਹੁਣ ਮੋਇਆ
ਲੈ ਹੁਣ ਇਹਨੂੰ ਦੇਵਣੀ ਨਹੀਂ ਜਾਂ ਮੈਨੂੰ ਦੇਵਣੀ ਨਹੀਂ ਫਾਇਦਾ ਤੁਸੀਂ ਨਹੀਂ ਅਸੀਂ ਡੇਰਾ ਤਬਦੀਲ ਕਰ ਸਕਦੇ ਹਾਂ ਜੀ ਨਹੀਂ ਜਿਹੜਾ ਅੱਜ ਦਾ ਦੌਰ ਹੈ ਨਾ ਇਹ ਡੇਰੇਦਾਰ ਵਾਲਾ ਦਾ ਹੀ ਅਸੂਲ ਹੁੰਦੇ ਆ ਮੇਰੇ ਤੇ ਕੋਰ ਸਲਾਹ ਭਵੇਂ ਨਾ ਰੱਖਣ ਤੇਰੇ ਨਾਲ ਤਾਂ ਤੇਰਾ ਕੰਮ ਅਗੜੇ ਵਿਗੜੇ ਖੋਤਾ ਮੈਨੂੰ ਪੰਜਵੀਂ ਵਾਰ ਹੈ ਇੱਕ ਡਾਈਲਾਗ ਬੋਲਣ ਦੇ ਪੰਜਵੀਂ ਵਾਰ ਤੂੰ ਮੈਨੂੰ ਬੋਲਣ ਨੀ ਦਿੱਤਾ ਇੱਕ ਲਫ਼ਜ਼ ਵੀ ਪੰਜ ਵਾਰ ਮੈਂ ਗਿੜੀ ਖੋਤਾ ਕੀ ਚਗਲ ਚਗਲ ਨੂੰ ਲੱਗੀ ਹੋਏ ਹੋ ਭਾਈ ਕੋਈ ਹੁੰਦਾ ਕੋਈ ਜਾਂ ਤਾਂ ਕੰਮ ਦੀ ਗੱਲ ਕਰੋ ਨਾ ਤਾਂ ਤੂੰ ਕੰਮ ਦੀ ਗੱਲ ਆਉਂਦੀ ਪਈ ਹੈ ਅਤੇ ਨਾ ਤੁਸੀਂ ਕਿਸੇ ਨੂੰ ਕਰਨ ਦਿੰਦੇ ਪਏ ਹੋ ਇਹ ਜਿਹੜਾ ਡਰਾਮਾ ਹੈ ਨਾ ਇਸ ਤੋਂ ਅਸੀਂ ਐਵੇਂ ਚੰਗੇ ਹਾਂ ਇਸ ਕੌਡੂ ਨੂੰ ਜਿਹੜਾ ਇਹ ਜਿਹੜਾ ਖਰਚਾ ਕੀਤਾ ਸਮਝ ਆ ਗਈ ਜਿਤਨੇ ਪੈਸੇ ਇਸ 'ਤੇ ਮੈਂ ਕੱਪੜਿਆਂ 'ਤੇ ਲਾਏ ਨੂੰ ਮੇਰੇ ਡਰਾਮੇ ਇਸ 'ਤੇ ਖਰਚਾ ਲੱਖ ਰੁਪਈਆ ਹੈ ਘਰੋਂ ਨਿਕਲ ਕੇ ਗੱਡੀਆਂ ਦੇ ਪੈਟਰੋਲ ਸਾਰ ਕੇ ਅਤੇ ਲੋਕੇਸ਼ਨ ਦੇ ਆਵਣ 'ਤੇ 20,000 ਤੁਸੀਂ ਜੇ ਬਈ ਰਹੀ ਬੈਠੇ ਹੋ ਲਾਈਨਾਂ 'ਤੇ ਇਸ ਕੰਮ ਕੀਤੇ 'ਤੇ ਵੀ ਆਹ ਡੇਟ ਤੁਸੀਂ ਪੂਰੀ ਟੀਮ ਆਏ ਮੇਰੇ ਪੈਸੇ ਇੱਥੇ ਰੱਖੋ ਇਹ ਸੂਟ ਦੇ ਵੀ ਆਹ ਵੇਖ ਲਾ ਦੁਲਾਨ ਵਾਲਾ ਸੂਟ ਮੈਂ ਲੈ ਕੇ ਆਉਂਦਾ ਉਹਦੇ ਰੁਪਈਏ ਵੀ ਆਹ ਕਈਆਂ ਕੁਆਰੀਆਂ ਮੈਂ ਕਿਰਾਏ 'ਤੇ ਛਾਈਆਂ ਰਾਹ ਤੁਹਾਨੂੰ ਟੁੱਕਰ ਵੀ ਦਿਖਾਇਆ ਉਹ ਸਾਰੇ ਪੈਸੇ ਇੱਥੇ ਦੇ ਕੇ ਜਾਣੇ ਨੇ ਮੈਂ ਤੁਹਾਨੂੰ ਬੰਨ ਛੱਡਣਾ ਅਤੇ ਕੁੱਤੇ ਉੱਤੇ ਤੁਹਾਡੇ ਛੱਡ ਦੇਣੇ ਨੇ ਵੰਡ ਲਓ ਪੈਸੇ ਜਿੱਦਾਂ ਜਿਤਨੇ ਆਉਂਦੇ ਹੀ ਨੇ ਤੁਹਾਨੂੰ ਸਜ਼ਾ ਆਉਣੀ ਚਾਹੀਦੀ ਹੈ ਬੇ ਡਰਾਮਾ ਹੁੰਦਾ ਪਿਓ ਤਾਂ ਡਰਾਮਾ ਐਕਟਿੰਗ ਪੂਰੀ ਕਰਕੇ ਲੈ ਆਉਣੀ ਜੀ ਐਡੀ ਮੇਰੀ ਕਮੇਡੀ ਸਟੋਰੀ ਆ ਤੂੰ ਫੜ ਕੇ ਤਬਾਹ ਕਰ ਦਿੱਤੀ ਦਾਸ ਕਰ ਛੱਡੀ ਆ ਚੱਲ ਲਾ ਕੱਪੜੇ ਕੱਪੜੇ ਜਾ ਕੇ ਲਾ ਕੇ ਆ ਮਿਹਨਤ ਮਾਰ ਇਹ ਹੁਣ ਕੱਪੜੇ ਦੁਕਾਨ ਵਾਲੇ ਵਾਪਸ ਕੇ ਨਹੀਂ ਕਰਨੇ ਸਮਝ ਆ ਗਈ ਇਹ ਚੱਟੀ ਹੁਣ ਮੈਨੂੰ ਪਾਈ ਗਈ ਹੈ ਇਹ ਸੂਟ ਆਇਆ 10,000 ਦਾ ਠੀਕ ਹੈ ਤੂੰ ਵੀ ਜਾ ਪਾ ਚੱਲ ਆਇਆ ਚੱਲ ਲਾ ਆ ਜੁੱਤੀ ਵੀ ਆਪਣੇ ਕੱਪੜੇ ਜਿਹੜੇ ਪਿੱਛੋਂ ਪਾ ਕੇ ਆਈਆਂ ਉਹ ਪਾ ਚਲੋ 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 ਇਹ ਸੂਟ ਮੈਂ ਕਿਰਾਏ ਤੋਂ ਉੱਥੋਂ ਚਾਹਿਆ 10,000 'ਚ ਵੀ ਗੰਢਿਆਂ ਤੋਂ ਮੇਰੇ ਕੋਲ ਲਿਆ ਸਮਝ ਆ ਗਈ ਇਹ ਕਈਆਂ ਕੁਆੜੀਆਂ ਅਦਾਪ ਔਰ ਲਾਇਆ
ਆਓ ਗੱਡੀ ਖੋਤੀ ਪਿੱਛੇ ਡਾਲ ਜਾ ਕੇ ਮਗਰ ਸੱਟ। ਇਹਨਾਂ ਦਾ ਕਿਰਾਇਆ ਵੀ ਚੱਟੀ ਮੈਨੂੰ ਤੁਸੀਂ ਪਾ ਛੱਡਿਆ। ਔਰ ਤੂੰ ਸਿਆਣੇ ਆ, ਧੋਟੀ ਬਣਾ ਕੇ ਲੈ ਜਾਂਦੀ ਆ ਜੀ, ਆਪਾਂ ਇਸੇ ਦੇ ਕੋਲ ਲੈ ਕੇ ਆ, ਮੈਂ ਇੱਥੇ ਬੈਠਾ, ਜਲਦੀ ਜੀ ਆ ਗਾ। ਚੱਲ ਬੜਾ ਅੱਗੇ ਲਾ ਗਏ ਘਾਟ ਦੇ ਪੈਸੇ ਬਾਹਰ, ਮੇਰਾ ਖਰਚਾ ਕਰਵਾ ਕੇ ਮੇਰੀ ਰੜੀ ਘਰ ਛੱਡੀ ਨਹੀਂ ਤੇ ਕੰਮ ਸ਼ਾਮ ਆਉਂਦਾ ਕੋਈ ਚੱਗਣਾ ਨਹੀਂ ਇਹਨਾਂ ਮਿਹਨਤ। ਇਹ ਨਾ ਸਿੱਧੇ ਜਾਵੇ, ਮੈਂ ਜਾ ਕੇ ਰੁਪਈਏ ਪੂਰੇ ਕਰਾਏ ਨਾ ਦੇਖੋ, ਚੱਗਣਾ ਨਾ ਮਿਹਨਤਾਂ।